ਕੀ ਕਰਾਂ, ਵਾਲੀ ਜਾਣਾ ਔਖੀ ਹੈਗੀ। ਉਹ ਗੱਲ ਕਹਿੰਦੇ ਹੁੰਦੇ ਸਿਆਣੇ, ਅਗੇ ਜਦੋਂ ਆਪਦੇ ਨਾਲ ਮਿੱਤ ਬਣੇ, ਕਹਿੰਦੇ ਆਪਦੇ ਜੰਮੇ ਬਗਾਨੇ ਕੀ ਲੱਗੇ ਮੇਰੇ, ਉਹਨਾਂ ਨੇ ਤਾਂ ਛੱਡ ਕੇ ਜਾਣਾ ਜਦੋਂ ਆਪਦੇ ਜੰਮੇ ਛੱਡ ਕੇ ਵਗ ਗਏ, ਅਇਓ ਕਹਿੰਦੇ ਹੁੰਦੇ ਆ। ਅੱਗੇ ਕਹਿੰਦੇ ਦੁੱਧਾਂ ਨਾ ਪੁੱਤ ਪਾਲ ਕੇ, ਮਗਰੋਂ ਪਾਣੀ ਨੂੰ ਤਰਸਦੀਆਂ ਮਾਵਾਂ। ਮੈਂ ਤਾਂ ਪਾਣੀ ਨੂੰ ਵੀ ਤਰਸਦੀ ਹਾਂ, ਰੋਟੀ ਨੂੰ ਵੀ ਤਰਸਦੀ ਹਾਂ। ਪਾਣੀ ਤਾਂ ਹਜੇ ਭਰ ਕੇ ਪੀ ਲੈਂਦੀ ਹਾਂ, ਜੱਗ ਚ ਧਰ ਲੈਂਦੀ ਹਾਂ, ਰੋਟੀ ਨੂੰ ਤਾਂ ਮੈਂ ਤਰਸਦੀ ਹਾਂ। ਜਦੋਂ ਮੇਰੇ ਆਪਦੇ ਜੰਮੇ ਨਾ ਆਪਦੇ ਬਣੇ, ਬਗਾਨਿਆਂ ਨੇ ਤਾਂ ਛੱਡ ਕੇ ਜਾਣੇ, ਜਦੋਂ ਮੇਰੇ ਆਪਦੇ ਜੰਮੇ ਛੱਡ ਕੇ ਤੁਰ ਗਏ, ਮੈਂ ਕਿਸੇ ਦੀ ਕੀ ਲੱਗੀ ਹੋਰ ਦੀ। ਘੁੱਟ ਪਾਣੀ ਦੀ ਪੀ ਲੈਂਦੀ ਹਾਂ, ਪਾਣੀ ਭਰ ਲੈਂਦੀ ਹਾਂ, ਪੀ ਲੈਂਦੀ ਹਾਂ, ਟੁਕੜੇ ਨੂੰ ਤਰਸਦੀ ਫਿਰਦੀ ਹਾਂ। ਕੱਲਾ ਪਾਣੀ ਵੀ ਨਹੀਂ ਲੰਘਦਾ, ਇਹ ਵੀ ਪਾਣੀ ਵੀ ਜੇ ਰੋਟੀ ਖਾਓ ਫੇਰ ਹੀ ਪਾਣੀ ਚੰਗਾ ਲੱਗੂਗਾ, ਕੱਲਾ ਪਾਣੀ ਵੀ ਨਹੀਂ ਲੰਘਦਾ। ਜਦੋਂ ਆਪਦੇ ਛੱਡ ਕੇ ਤੁਰ ਗਏ, ਆਪਦੇ ਜੰਮੇ, ਇਹਨਾਂ ਨੇ ਤਾਂ ਛੱਡ ਕੇ ਜਾਣੀ ਆ। ਮਾੜੀ ਜਿਹੀ ਗੱਲ ਕਹੀ ਤਾਂ ਲੈ, ਕੱਲ ਮਾੜੀ ਜਿਹੀ ਗੱਲ ਕਹੀ ਤੀ, ਉਹੀ ਪਹਾੜ ਬਣਾ ਲਈ ਲੈ, ਅੱਜ ਆਏ ਹੀ ਨਹੀਂ। ਕੱਲਾ ਪਾਣੀ ਵੀ ਨਹੀਂ ਲੰਘਦਾ ਰੋਟੀ ਤੋਂ ਬਿਨਾਂ, ਭੁੱਖੇ ਢਿੱਡ ਤਾਂ ਪਾਣੀ ਵੀ ਲੜਦਾ ਹੈਗਾ, ਜੇ ਭੁੱਖਾ ਢਿੱਡ ਹੈ। ਮੈਂ ਕਹਿੰਦੀ ਹਾਂ ਰੱਬਾ, ਜਿਹੋ ਜਿਹੀ ਮੇਰੇ ਨਾਲ ਹੁੰਦੀ, ਇਹੋ ਜਿਹੀ ਤਾਂ ਕਿਸੇ ਨਾਲ ਵੀ ਨਾ ਹੋਵੇ। ਜੰਮੇ ਸੀ ਸੁੱਖ ਦੀ ਮਾਰੀ ਨੇ, ਪਾਲੇ ਸੀ, ਮੈਨੂੰ ਕੀ ਪਤਾ ਸੀਗਾ ਜੰਮ ਪਾਲ ਕੇ। ਕਹਿੰਦੇ ਉਦੋਂ ਵੀ ਦੁਖੀ ਹੋ ਜੂ, ਇਹ ਤਾਂ ਅਗਲਾ ਕਹਿੰਦਾ ਹੁੰਦਾ, ਜੇ ਪੁੱਤ ਧੀਆਂ ਹੋਣ ਤਾਂ ਚੱਜਦੇ ਹੋਣ, ਨਹੀਂ ਹੋਣ ਹੀ ਨਾ। ਜਦੋਂ ਮੈਂ ਤਰਸਦੀ ਹਾਂ ਟੁਕੜੇ ਨੂੰ, ਕਹਿੰਦੇ ਮੈਂ ਤਾਂ ਆਪਦੇ ਵੇਹੀਆਂ ਤੇ ਵੇਹੀਆਂ ਖਾ ਕੇ ਪਾਲ ਲਏ ਸੀ, ਪੜ੍ਹਾਤੇ ਸੀ, ਨੌਕਰੀਆਂ ਤੇ ਲਾਤੇ ਸੀ, ਪਰ ਆਹ ਦੁੱਖ ਦਾ ਨਹੀਂ ਸੀ ਪਤਾ ਵੀ ਮਗਰ ਬੁਢੇਪੇ ਵੇਲੇ ਆਹ ਦੁੱਖ ਭਰੂੰਗੀ ਮੈਂ। ਹੋਰ ਰੱਬਾ, ਮਸਾਂ ਨਰਮੇ ਦੀਆਂ ਪੰਡਾਂ ਚੁਗੀਆਂ ਸੀਗੀਆਂ, ਤਿੰਨ ਪੰਡਾਂ ਬਣਾਈਆਂ ਸੀਗੀਆਂ, ਝੁਲੂੰਗ ਚ ਰੁਕ ਰੁਕ ਪਾ ਕੇ ਲਿਆਉਂਦਾ ਸੀ, ਉਹ ਕੋਈ ਉਹ ਵੀ ਲੈ ਗਿਆ। ਹੁਣ ਦੱਸ ਮੈਂ ਕੀ ਕਰਾਂ, ਉਹ ਨਾਲੇ ਬੇਬੇ ਨੇ ਵੀ ਕੰਮ ਤੋਂ ਹਟਾਉਣ ਵਾਲੀ ਗੱਲ ਕਰਤੀ, ਕੱਲ ਜਮਾਂ ਹੱਥ ਨੇ ਨਾ ਘਰੋਂ ਕੱਢਤਾ, ਹੁਣ ਦੱਸ ਕੀ ਕਰੀਏ। ਉਹ ਜਿਹੜੀਆਂ ਦੋ ਤਿੰਨ ਪੰਡਾਂ ਬਣਾਈਆਂ ਸੀ ਉਹ ਵੀ ਕੋਈ ਚੱਕ ਕੇ ਲੈ ਗਿਆ, ਉਹ ਵੀ ਚੋਰੀ ਹੋ ਗਈਆਂ, ਦੱਸ ਹੁਣ ਕੀ ਕਰੀਏ, ਕਿੱਥੋਂ ਖਾਵਾਂਗੇ। ਹਰਪ੍ਰੀਤ, ਉਹ ਆਪਾਂ ਚੱਲੀਏ ਕੰਮ ਤੇ, ਬੇਬੇ ਨੇ ਨਾ ਤੇਰੇ ਜਿੱਡਾ ਕੋਈ ਬਿਸ਼ਾਰਮ ਬੰਦੀ ਨੀ, ਬੇਬੇ ਨੇ ਕੰਮ ਤੇ ਕੀ ਲੈਣੀ ਆ, ਬੇਬੇ ਨੇ ਦਿਨ ਛਿਪੇ ਤਾਂ ਆਪਾਂ ਨੂੰ ਕੱਢਿਆ ਕਰੋ। ਉਹ ਦਿਨ ਛਿਪੇ ਤਾਂ ਕੱਢਿਆ ਹੈਗਾ, ਮੈਂ ਤੈਨੂੰ ਰੋਜ਼ ਕੀ ਕਹਿੰਦਾ ਹੁੰਦਾ ਜਦੋਂ ਆਪਾਂ ਕੰਮ ਤੇ ਜਾਂਦੇ ਹੁੰਦੇ, ਹਾਂ ਵੀ ਤੂੰ ਆਹ ਜਿੰਦਾ ਤਾਂ ਨਵਾਂ ਲਿਆ, ਤੂੰ ਕਹਿੰਦੀ ਸੀ ਆਪਣੀਆਂ ਕੋਈ ਮੋਹਰਾਂ ਪਈਆਂ ਨੇ, ਆਪਣੀਆਂ ਕੋਈ ਮੋਹਰਾਂ ਕੋਈ ਚੱਕ ਕੇ ਲੈ ਜੂਗਾ, ਇਹ ਚੋਂ ਕੀ ਲੈ ਜੂ ਆਪਣਾ, ਆਹ ਦੇਖ ਲੈ ਤਿੰਨ ਪੰਡਾਂ ਨਰਮੇ ਦੀਆਂ ਮਸਾਂ ਚੁਗੀਆਂ ਸੀਗੀਆਂ ਫੁੱਟ ਫੁੱਟ ਕਰਕੇ, ਮੈਂ ਤਾਂ ਉਹ ਤਾਂ ਕੋਈ ਚੱਕ ਕੇ ਲੈ ਗਿਆ, ਹੁਣ ਦੱਸ ਕੀ ਆਪਾਂ ਖਾਵਾਂਗੇ ਕੀ ਕਰਾਂਗੇ। ਨਾ ਮੈਨੂੰ ਐਂ ਦੱਸ, ਆਪਾਂ ਨੂੰ ਕਿਹੜਾ ਪਤਾ ਸੀ ਵੀ ਕੋਈ ਆਪਣੇ ਨਰਮੇ ਤੇ ਬੈਠਾ ਹੈ, ਚੱਕ ਕੇ ਲੈ ਜੂਗਾ ਕੋਈ, ਆਪਾਂ ਕੋਲੇ ਕਿਹੜਾ ਜਿੰਦਾ ਸੀਗਾ, ਫਿਰ ਤਾਂ ਆਪਾਂ ਜਿੰਦਾ ਵੀ ਲਾ ਲਾਂਦੇ, ਜਿੰਦਾ ਤਾਂ ਲਾਉਂਦੇ ਜੇ ਕਦੇ ਆਪਣੀ ਕੋਈ ਚੀਜ਼ ਚੋਰੀ ਹੋਈ ਹੁੰਦੀ, ਆਪਣੀ ਤਾਂ ਪਹਿਲੀ ਵਾਰ ਚੋਰੀ ਹੋਈ ਹੈਗੀ, ਆਪਣੀ ਤਾਂ ਚੋਰੀ ਨਾ ਤਾਂ ਹੀ ਹੋਈ ਹੈ ਉਹ ਬੁੜੀ ਦੇ ਲਾਗੇ, ਨਹੀਂ ਤਾਂ ਬੁੜੀ ਨੇ ਉਹ ਗੱਲ ਆਪਦੇ ਘਰੋਂ ਕੱਢ ਤੇ, ਆਪਾਂ ਨੂੰ ਕੰਮ ਤੇ ਨਹੀਂ ਰੱਖਿਆ ਤੇ ਨਾਲੇ ਆਪਣਾ ਨਰਮਾ ਚੋਰੀ ਹੋ ਤੂੰ ਗਿਆ। ਐਂ ਕਰ, ਹਾਂ ਗਰੀਬਾਂ ਦਾ ਕੀ ਹੁੰਦਾ, ਨੀਵੇਂ ਹੋ ਗਏ ਬੇਬੇ ਦੇ ਕੰਮ ਤੇ ਜਾ ਲੱਗਦੇ ਆ, ਉਸੇ ਦੇ ਘਰੀ ਵਗ ਜਾਂਦੇ ਆ। ਆਪਾਂ ਨੂੰ ਬੇਬੇ ਨੇ ਐਂ ਤਾਂ ਨਹੀਂ ਕਿਹਾ ਵੀ ਭਾਈ ਮੇਰੇ ਤੜਕੇ ਕੰਮ ਤੇ ਨਾ ਆਇਓ, ਉਹਨੇ ਤਾਂ ਆਪਾਂ ਨੂੰ ਐਂ ਕਿਹਾ ਸੀ ਭਾਈ ਮੈਂ ਤੁਹਾਨੂੰ ਰਾਤ ਨਹੀਂ ਕਟਾ ਸਕਦੀ, ਆਪਦੇ ਕਮਰੇ 'ਚ ਜਾ ਕੇ ਰਾਤ ਕੱਟਿਓ। ਮੈਂ ਨਹੀਂ ਜਾਂਦੀ ਜੁੰਦੀ ਕੰਮ ਤੇ, ਮੈਂ ਤੈਨੂੰ ਸਾਹ ਫੜ ਆ ਚੱਕਾ ਦਾ ਚੜੂੰਗਾ, ਜਿਵੇਂ ਪਹਿਲਾਂ ਤਿੰਨ ਵੰਡਾਂ ਬਣਾਈਆਂ ਸੀ ਉਵੇਂ ਹੋਰ ਚੁੱਕ ਲਿਆ, ਵਾਧੂ ਛੱਡੀਆਂ ਪਈਆਂ ਸਾਰੇ ਪਿੰਡ ਦੀਆਂ, ਗੇੜਾ ਦੇ ਕੇ ਉਧਰ ਵਗ ਜਾ ਕਰ, ਉਧਰਲੇ ਘਰਾਂ 'ਚ ਉਧਰ ਬਲਾਈ ਸ਼ੋਰ ਪੈਣ, ਉੱਥੋਂ ਚੁੱਕ ਲਿਆ। ਅੱਛਾ ਤੂੰ ਬਾਲੀ ਸਿਆਣੀ ਹੈ, ਉਹ ਹੁਣ ਨਰਮਾ ਕਿੱਥੇ ਰਹਿ ਗਿਆ, ਉਦੋਂ ਸੀਜ਼ਨ ਸੀਗਾ ਨਰਮੇ ਦਾ ਜਦੋਂ ਮੈਂ ਨਰਮਾ ਚੁੱਕ ਲਿਆ ਸੀ, ਤਿੰਨ ਪੰਡਾਂ ਬਣਾਈਆਂ ਸੀ, ਹੁਣ ਤਾਂ 3 ਕਿਲੋ ਨਰਮਾ ਨਹੀਂ ਤੇ ਛੱਟੀਆਂ ਤੋਂ। ਮੈਂ ਨਹੀਂ ਜਾਂਦੀ ਜੁੰਦੀ ਬੁੜੀ ਨੇ ਮੈਨੂੰ, ਮੈਂ ਤੈਨੂੰ ਦੱਸਾਂ ਕਿਤੋਂ ਮਰਜ਼ੀ ਲਿਆ, ਮੈਨੂੰ ਤਾਂ ਲਿਆ ਕੇ ਦੇ ਘਰੇ ਰਾਸ਼ਨ ਪਾਣੀ ਆਟਾ, ਤੇ ਮੈਂ ਤਾਂ ਘਰੇ ਰੋਟੀ ਬਣਾਉਂਗੀ, ਮੈਂ ਤਾਂ ਬੇਬੇ ਦੇ ਘਰੇ ਅੱਜ ਜਾਂਦੀ। ਅੱਛਾ ਤੂੰ ਨਹੀਂ ਜਾਂਦੀ ਮਹਾਰਾਣੀ, ਨਾ ਮੈਂ ਤਾਂ ਜਾਂਦੀ, ਉਹ ਕੰਮ ਤਾਂ ਕਰਨਾ ਪਊ, ਕੰਮ ਬਿਨਾਂ ਰੋਟੀ ਕਿਤੇ ਨਹੀਂ ਮਿਲਦੀ। ਨਾਲੇ ਮੇਰੀ ਗੱਲ ਸੁਣ ਲੈ, ਬੇਬੇ ਨਾਲ ਆਪਾਂ 20,000 ਰੁਪਇਆ ਕੀਤਾ ਮਹੀਨੇ ਦਾ, ਉਹ 20 ਕਿੱਥੋਂ ਬਣੂਗਾ, ਨਰਮਾ ਵੀ ਆਪਣਾ ਤਾਂ ਗਿਆ, ਜਿਹੜੀ ਮਿਹਨਤ ਕਰੀ ਸੀ ਪਾਣੀ ਫਿਰ ਗਿਆ। ਜੇ ਤੂੰ ਐਂ ਕਰ ਚੁੱਪ ਕਰਕੇ ਨਾ, ਆਪਾਂ ਬੇਬੇ ਦੀ ਹੱਥ ਬੰਨ ਲਾਂਗੇ, ਉਸੇ ਦੇ ਕੰਮ ਤੇ ਲੱਗ ਜਾਗੇ, ਨਾਲੇ ਬੇਬੇ ਇੰਨੀ ਸਿਆਣੀ ਹੈ, ਮੀਰ ਤਾਂ ਸਿਆਣੇ ਹੁੰਦੇ ਆ, ਆਪਾਂ ਨੂੰ ਘਰੇ ਗਈ ਨੂੰ ਮੋੜਦੀ ਨੀ ਬੇਬੇ। ਦੇਖ ਮੈਂ ਤਾਂ ਜਮਾ ਨਹੀਂ ਆਂਦੀ, ਮੈਂ ਤੇਰੇ ਮੂਹਰੇ ਬੰਨੇ ਹੱਥ, ਮੈਨੂੰ ਜਾਣ ਨੂੰ ਨਾ ਕਹੀਂ, ਤੈਂ ਜਾਣਾ ਵਗ ਜਾ, ਕੱਲਾ ਵਗ ਜਾ, ਬੇਬੇ ਨੂੰ ਰੋਟੀ ਪਕਾ ਕੇ ਦਿਆ, ਬੇਬੇ ਦਾ ਕੰਮ ਕਰਿਆ, ਮੈਂ ਨਹੀਂ ਬੇਬੇ ਦੇ ਘਰੇ ਜਾਂਦੀ। ਬੇਬੇ ਨੇ ਹੱਥ ਨੇ ਤਾਂ ਆਪਣੇ ਨਾਲ ਇੰਨੀ ਬੁਰੀ ਕਰੀ, ਕਹਿੰਦੀ ਭਾਈ ਚੱਕੋ ਆਦੇ ਰੋਟੀ ਟੁੱਕੋ ਤੇ ਮੇਰੇ ਘਰੋਂ ਜਾਓ, ਉਹਨੂੰ ਤਾਂ ਐਂ ਕੱਢਤਾ ਜਿਵੇਂ ਕੋਈ ਉਹੀ ਗੱਲ ਆਪਾਂ ਕੋਈ ਲੁੱਟ ਕੇ ਲਿਆਉਂਦੇ ਹੁੰਦੇ ਨੂੰ। ਮੇਰੀ ਗੱਲ ਸੁਣ ਲੈ, ਜੇ ਤੂੰ ਨਹੀਂ ਨਾ ਕੰਮ ਤੇ ਜਾਂਦੀ, ਉਹ ਮੈਂ ਕੋਈ ਰਾਤ ਨੂੰ ਉੱਠ ਕੇ ਰੋਟੀ ਨਹੀਂ ਖਾਂਦਾ ਵੀ ਤੇਰੇ ਨਾਲ ਵੱਧ ਖਾਣਾਗਾ, ਜਾਂਦਾ ਫਿਰ ਮੈਂ ਵੀ ਨਹੀਂ, ਮੈਂ ਵੀ ਜਾਵਾਂ ਨਾ, ਜਾ ਪੈ ਜਾ, ਆ ਪਿਆ ਮੇਰੇ ਕੋਲੇ ਕਿਹੜਾ ਕੁਛ ਹੈਗਾ, ਮੈਂ ਤੈਨੂੰ ਰੋਟੀ ਬਣਾ ਕੇ ਦੇ ਜਾ, ਪੈ ਜਾ, ਮੈਂ ਤੂੰ ਪਿਆ ਮੈਂ ਵੀ ਪੈ ਜਾਣੀ ਆ।
ਅੱਜ ਘਰੀ ਬੋਲੀ ਜਾਂਦੇ ਨੇ, ਗਈ ਨੀ ਕੰਮ ਕੁੰਮ ਤੇ, ਅੱਗੇ ਤਾਂ ਦਿਲ ਨਾ ਚੜਨ ਦਿੰਦੇ, ਚਾਹ ਵੀ ਜਾ ਕੇ ਉੱਥੇ ਪੀਂਦੇ, ਚਾਹ ਵੀ ਨਹੀਂ ਸੀ ਕਰਦੇ, ਪਤਾ ਨੀ ਕੀ ਗੱਲ ਹੈ, ਪਤਾ ਨੀ ਟੋਸੇ ਨੀ ਘਰੋਂ ਘਰੋਂ ਕੱਢ ਤੇ ਇਹ, ਚੱਲ ਪਤਾ ਲੈਣੀ ਹੈਗੀ ਕੀ ਕਹਿੰਦੀ ਹੈ, ਪਤਾ ਨੀ ਭਾਈ ਕੀ ਪਤਾ ਮੈਂ ਕੱਲ ਕਿਹੜੀ ਗੱਲਾਂ ਕਹਿ ਕੇ ਆਈਆਂ, ਮੇਰੀਆਂ ਗੱਲਾਂ ਤੇ ਅਸਰ ਕਰ ਗਈ, ਮੈਨੂੰ ਤਾਂ ਸ਼ੱਕ ਲੱਗਦਾ ਹੈਗਾ, ਚੰਗਾ ਲੋਟ ਹੈ ਪਰੇ ਹਟਾ ਤੇ ਹੁਣ ਕੰਮ ਤੋਂ, ਚੰਗਾ ਮੈਂ ਲੱਗ ਜੂੰਗੀ, ਵਧੀਆ ਮੈਂ ਉਹਦੇ ਕੋਲੇ ਨਾਲ ਉੱਥੇ ਮੈਂ ਤਾਂ ਪੈ ਜਾ ਕਰੂੰਗੀ, ਉੱਥੇ ਉਹਦੀ ਸੰਭਾਈ ਕਰਿਆ ਕਰੂੰ, ਰੋਟੀ ਟੁੱਕ ਪਕਾ ਕੇ ਦੇ ਰਿਹਾ ਕਰੂੰਗੀ ਤੇ ਚਾਹ ਪਾਣੀ ਕਰਕੇ ਦੇ ਰਿਹਾ ਕਰੂੰਗੀ, ਪਰ ਮੈਂ ਕੀ ਕਰਨਾਗਾ, ਮੈਂ ਤਾਂ ਵਧੀਆ ਉਹਨੂੰ ਸਾਂਭਿਆ ਕਰੂੰਗੀ, ਚੰਗਾ ਪਰੇ ਹਟਾ ਤੇ ਹੁਣ, ਜੇ ਹੁਣ ਮੈਂ ਇਹਨਾਂ ਨੂੰ ਪੁੱਛਦੀ ਸੀ ਮੈਨੂੰ ਤਾਂ ਸੱਚੀ ਗੱਲ ਕਿਉਂ ਦੱਸਦੇ ਨੇ, ਉਸੇ ਤੇ ਪੁੱਛ ਕੇ ਆਉਣੀ ਆ ਭੈਣ ਤੋਂ ਸਰਬਜੀਤ ਤੋਂ, ਉਹ ਦੱਸੂ ਮੈਨੂੰ ਸੱਚੀ ਗੱਲ ਵੀ ਕੀ ਗੱਲ ਆ, ਕਿਉਂ ਨੀ ਕੰਮ ਤੇ ਆਏ। ਕੀ ਕਰਾਂ, ਆ ਗੱਡੀ ਵੀ ਖੜੀ ਆ, ਮੋਟਰਸਾਈਕਲ ਵੀ ਖੜਾ ਹੈਗਾ, ਗੱਲ ਕਰ ਕੋਈ ਲਿਜਾਣ ਵਾਲਾ ਨੀ, ਹੁਣ ਨਾ ਤਾਂ ਖੰਘ ਛਿੜੀ ਜਾਂਦੀ ਬਿਮਾਰ ਹੋਈ ਪਈ, ਨਾ ਦਮ ਚੜੀ ਜਾਂਦਾ, ਨਾ ਇਕੱਲਾ ਪਾਣੀ ਪੀ ਪੀ ਕੇ ਕਹਿੰਦੇ ਕਾਲਜੇ ਲੜ ਗਿਆ ਹੁਣ ਮੇਰੇ ਦਰਦ ਹੋਈ ਜਾਂਦਾ, ਉਹ ਮਰ ਜਾ ਜੇ ਕੋਈ ਮਿਲ ਜੇ ਮੈਨੂੰ ਲਈ ਜਾਵੇ ਦਵਾਈ ਦਵਾ ਲਿਆ ਵੇ, ਨਾ ਨੂੰਹ ਪੁੱਤ ਜੱਜਦੇ ਰਹੇ, ਨਾ ਇਹ ਨਾ ਹੀ ਉਹ ਚੰਦਰਾ ਰਿਹਾ ਆਪ, ਆ ਗੱਡੀ ਖੜੀ ਨੂੰ ਕੱਲੀ ਨੂੰ ਕੀ ਕਰਾਂ, ਐਵੇਂ ਮਰ ਜਾ ਦਰਦ ਹੁੰਦਾ, ਓਹੋ ਉਹ ਮਰ ਜਾ ਕੋਈ ਵੀ ਨੀ ਆਉਂਦਾ, ਹਾਏ ਮੂੰਹ ਜੇ ਕੋਈ ਆਜੇ ਤਾਂ ਡਾਕਟਰ ਦੇ ਦਵਾਈ ਦਵਾ ਲਿਆ ਵੇ, ਓਹੋ ਹਾਏ ਹਾਏ ਗੱਡੀ ਵੀ ਨੀ ਆਪ ਨੂੰ ਵੀ ਨੀ ਆਉਂਦੀ, ਆਪ ਹੀ ਲੈ ਜਾਂਦੀ ਛਿੱਕਣ ਨੂੰ ਚਲਾ ਕੇ, ਦਰਦ ਹੋਈ ਜਾਂਦਾ, ਉਹ ਮਰ ਜਾ ਕੱਲ ਮੈਂ ਉਹਨਾਂ ਨਾਲ ਐਵੇਂ ਲੜੀ ਜਵਾਕਾਂ ਨਾਲ, ਅੱਜ ਸੁਨੇਹਾ ਆ ਤਾਂ ਜਾਂਦੇ ਦਿਨੇ ਦਿਨੇ ਤਾਂ ਕੋਲੇ ਹੁੰਦੇ, ਮੈਨੂੰ ਕੋਈ ਪਤਾ ਸੀ ਕੱਲ ਮੈਂ ਲੜ ਕੇ ਉਹ ਤੋਰਤੇ ਵੀ ਕੱਲ ਨੂੰ ਮੈਂ ਆਪ ਹੀ ਬਿਮਾਰ ਹੋ ਜੂੰਗੀ, ਓਹੋ ਕੋਈ ਨੀ ਆਉਂਦਾ, ਹਾਏ ਓਹੋ ਹਾਏ ਰੱਬਾ ਚੱਕ ਲੈ ਦੂ ਤਾਂ ਰੱਬਾ, ਜਦੋਂ ਕੋਈ ਵੀ ਨੀ ਮੇਰਾ ਸਹਾਰਾ ਹੈਗਾ, ਹਜੇ ਕਿੰਨਾ ਕੁ ਮੈਂ ਬਿਪਤਾ ਦਾ ਜੀ ਆ, ਕਿੰਨੀ ਕੁ ਅਖਿਆਈ ਕੱਟਣੀ ਆ ਰੱਬਾ ਮੈਂ, ਓਹੋ ਓਹੋ ਨਾ ਪੁੱਤ ਨਾ ਧੀ ਕੋਈ ਨੀ ਆਪਦਾ ਬਣਦਾ, ਉਹਨਾਂ ਨਾਲ ਮੈਂ ਆਪ ਹੀ ਜਵਾਕਾਂ ਨਾਲ ਕਹਿੰਦੇ ਵਧੀਆ ਆਉਂਦੇ ਸੀ ਦੋਨੇ ਜੀ, ਕੀ ਲੈਣਾ ਸੀ ਕੱਲ ਉਹਨਾਂ ਨੂੰ ਕਹਿ ਕੇ, ਕੀ ਮੇਰਾ ਚੱਕ ਕੇ ਲੈ ਜਾਂਦੇ, ਕਿੱਧਰੇ ਮੈਨੂੰ ਮਾਰਦੇ ਸੀ, ਐਵੇਂ ਮੈਂ ਮਰਦੀ ਨੀ ਸੀ, ਨਾਲੇ ਮੈਂ ਉਹਨਾਂ ਨਾਲ ਲੜ ਪਈ, ਖਬਰਾਂ ਉਹ ਗੁੱਸੇ ਹੋ ਗਏ ਹੁਣ ਤਾਂ ਨਾ ਆਏ ਹੁਣ, ਉਹ ਪਰ ਮੈਂ ਇਹੋ ਜਿਹੀ ਗੱਲ ਤਾਂ ਉਹਨਾਂ ਨੂੰ ਕਹੀ ਨੀ, ਮੈਂ ਤਾਂ ਇਹੀ ਕਿਹਾ ਸੀ ਭਾਈ ਦਿਨੇ ਦਿਨੇ ਕੰਮ ਕਰ ਲਿਆ ਕਰੋ, ਰਾਤ ਨੂੰ ਤੁਸੀਂ ਆਪਦੇ ਘਰੇ ਪਿਆ ਕਰੋ, ਖਬਰਾਂ ਕਿਹੜੀ ਗੱਲ ਦਾ ਗੁੱਸਾ ਮੰਨ ਗਏ ਉਹ ਜਵਾਕ ਆਏ ਨੀ ਜਿਹੜੇ, ਜਾਂ ਇਹ ਕਹਿੰਦੇ ਹੋਣਗੇ ਵਿਅਰਥ ਨੇ ਕਹਿ ਤਾ, ਓਹੋ ਮੈਨੂੰ ਤਾਂ ਉਹਨਾਂ ਨੇ ਸ਼ਰਾਫ ਮਾਰ ਗਏ ਜਿਹੜਾ ਦਰਦ ਹੁੰਦਾ, ਹਾਏ ਰੱਬਾ ਚੱਕ ਲੈ ਦੂ, ਪਤਾ ਲੈ ਕੇ ਆਵਾਂ ਭੈਣ ਤੋਂ ਸਰਬਜੀਤ ਤੋਂ ਕੀ ਕਹਿੰਦੀ ਹੈਗੀ, ਸੱਚੀ ਗੱਲ ਤਾਂ ਮੈਨੂੰ ਇਹੀ ਦੱਸੂਗੀ, ਚੰਗਾ ਜੇ ਹਟਾ ਤੇ ਹੋਏ ਤਾਂ ਕੰਮ ਤੇ ਤਾਂ ਮੈਂ ਤਾਂ ਉਹਦੀ ਲੱਗ ਜੂ ਜਰਕ ਦੇਣੇ, ਆ ਬੈਠੀ ਆ ਭੈਣ ਤਾਂ, ਕਿਵੇਂ ਭੈਣੇ ਅੱਜ ਇੱਥੇ ਜੇ ਆਈ ਬੈਠੀ, ਅੱਜ ਤਾਂ ਤੂੰ ਉਹ ਤਾਹਾਂ ਜੇ ਬੈਠੀ ਹੁੰਦੀ ਬਰਾਂਡਿਆਂ ਚ, ਸ਼ੁਕਰ ਹੈ ਭੈਣੇ ਰੱਬ ਦਾ ਜਿਹੜੀ ਤੂੰ ਮੇਰੇ ਕੋਲ ਪਹੁੰਚ ਤਾਂ ਗਈ, ਓਹੋ ਮੇਰਾ ਤਾਂ ਬੁਰਾ ਹਾਲ ਹੈ ਭੈਣੇ ਅੱਜ ਤਾਂ, ਅੱਛਾ ਕੀ ਹੋ ਗਿਆ ਏ, ਕੀ ਦੱਸਾਂ ਭੈਣੇ, ਢਿੱਡੋ ਭੁੱਖੀ ਬੈਠੀ ਆ, ਪਾਣੀ ਪੀ ਲਿਓ, ਕਾਲਜੇ ਲੜ ਗਿਆ ਹੁਣ ਦਰਦ ਹੋਈ ਜਾਂਦਾ, ਕੋਈ ਲਿਜਾਣ ਵਾਲਾ ਵੀ ਨੀ ਆਇਆ ਵੀ ਜਿਹੜਾ ਕੋਈ ਲੈ ਜੇ, ਬਾਹਰ ਖੜ ਕੇ ਗੇੜਾ ਦੇ ਕੇ ਮੁੰਡੇ ਬਾਹਰ ਦਰਦ ਹੋਈ ਜਾਂਦਾ, ਅੱਛਾ ਮੈਂ ਤਾਂ ਭੈਣੇ ਹਜੇ ਪਤਾ ਨੀ ਨਾ ਹੀ ਆਉਂਦੀ ਨਾ ਹੀ ਮੈਂ ਤਾਂ ਇੱਧਰ ਗੇੜਾ ਮਾਰਦੀ, ਤੇ ਮੈਂ ਤਾਂ ਦੇਖੋ ਬੋਲੀ ਜਾਂਦੇ ਸੀ ਦੇਖ ਕੰਮ ਵਾਲੇ ਤੇਰੇ, ਤੇ ਮੈਂ ਤਾਂ ਉਹਨਾਂ ਨੂੰ ਸੁਣ ਕੇ ਬੋਲ ਜਾਂ, ਤੇ ਮੈਂ ਤਾਂ ਫੇਰ ਆਈ ਆ, ਮੈਂ ਆਖਾਂ ਮੈਂ ਪਤਾ ਲਿਆਉਣੀ ਆ ਉਹ ਤੋਂ ਵੀ ਅੱਜ ਘਰੇ ਕਿਵੇਂ ਬੋਲੀ ਜਾਂਦੇ ਨੇ, ਕੰਮ ਤੇ ਕਿਉਂ ਨੀ ਗਏ ਤੇਰੇ, ਨਹੀਂ ਪੁੱਛਣਾ ਭੈਣੇ ਉਹ ਵੀ ਕਹਿੰਦੇ ਆਖੇਗੀ ਉਹਦੀ, ਨਾਲੇ ਮੈਂ ਕੁਛ ਕਿਹਾ ਨੀ ਕਰਿਆ ਨੀ, ਆਏ ਨੀ ਗੇ, ਨਾਲੇ ਇਮਾਨਦਾਰ ਬੰਦੇ ਸੀ, ਮੈਂ ਤਾਂ ਤੇਰੇ ਵਾਲੀ ਗੱਲ ਕਹੀ ਵੀ ਪਰ ਤਿਆ ਲਈ ਸੀ, ਦੁੱਧ ਦਿੱਤਾ ਕਰਾਇਆ ਕਹਿੰਦੇ ਮੈਂ ਖੰਡ ਦੇ ਵਿੱਚ 200 ਰੁਪਇਆ ਧਰਤਾ, ਮੈਂ ਦੇਖ ਇਹ ਚੱਕਦੇ ਕਿ ਨਾ ਚੱਕਦੇ ਆ, ਮੈਂ ਆਖਿਆ ਮੈਨੂੰ ਤਾਂ ਦੁੱਧ ਦਿੱਤਾ ਕਰਕੇ ਲਿਆ ਕਰਦੇ, ਚਮਚਾ ਕ ਚੀਨੀ ਦਾ ਪਾ ਕੇ ਦੇ ਬਹੂ ਨੂੰ ਆਖਿਆ, ਨਾ ਤਾਂ ਦੁੱਧ ਦੇਗੀ ਦਿੱਤਾ ਕਰਕੇ, ਨਾ 200 ਰੁਪਇਆ ਫੜਾਤਾ, ਮੈਂ ਤਾਂ ਇਹ ਗੱਲ ਵੀ ਕਹਿਤੀ ਸੀ ਕੋਈ ਨਾ ਪੁੱਤ ਲੈ ਲਾ, ਤੈਨੂੰ ਨਾਮ ਹੀ ਦਿੱਤਾ, ਮੇਰੇ ਕਿਹੜਾ ਜਾ ਸੀ, ਮੈਂ ਤਾਂ ਧਰ ਕੇ ਭੁੱਲ ਗਈ, ਲੈਤੇ ਨੀ 200 ਰੁਪਇਆ, ਨਾ ਤਾਂ ਮੇਰਾ ਉਹ ਫੜਾ ਗਈ 200 ਰੁਪਇਆ ਮੋੜਤਾ, ਵਧੀਆ ਇਮਾਨਦਾਰ ਬੰਦੇ ਸੀ, ਹੱਥ ਨੇ ਜੇ ਮੈਨੂੰ ਕਹਿੰਦੇ ਅਸੀਂ ਤਾਂ ਤੇਰੇ ਕੋਈ ਰਹਿ ਪਾਂਗੇ, ਮੁੰਡਾ ਕਹਿੰਦਾ ਆਹ ਕਮਰੇ ਚ ਰਹੀਏ, ਅਸੀਂ ਕਿ ਆਹੀ ਚ ਰਹੀਏ, ਮੈਂ ਆਖਿਆ ਇਹ ਚ ਨਾ ਰਹੋ ਭਾਈ, ਨਾ ਆਹੀ ਚ, ਉਹ ਉਸ ਹਰਪ੍ਰੀਤ ਨੇ ਸਮਾਰਿਆ, ਤੁਸੀਂ ਉਹ ਚ ਰਹਿ ਪੋ, ਅੱਛਾ ਵੀ ਰਾਹ ਬੈਠ ਕੇ ਚ ਰਹਿ ਜਾਓ, ਰਾਹਲੀ ਚ ਉੱਥੇ, ਹਾਂ ਕਹਿੰਦੀ ਉਹ ਲੈ ਗਏ ਚੱਕ ਕੇ, ਨਾ ਤਾਂ ਰੋਟੀਆਂ ਲੈ ਗਏ, ਨਾ ਕੰਬਲ ਲੈ ਗਏ, ਵੀ ਉੱਥੇ ਰਹਾਂਗੇ, ਭੈਣੇ ਪਤਾ ਨੀ ਮੇਰੇ ਮਨ ਚ ਤਾਂ ਕੀ ਆਇਆ, ਉੱਥੋਂ ਉੱਠ ਕੇ ਮੈਂ ਤਾਂ ਤੁਰੇ, ਇੱਥੇ ਆ ਕੇ ਮੈਂ ਬੋਲ ਮਾਰਤਾ ਬਹੁ ਮੁੰਡੇ ਨੂੰ, ਰੋਟੀ ਖਾਈ ਜਾਂਦੇ ਸੀ, ਮੈਂ ਭਾਈ ਤੁਸੀਂ ਐਂ ਕਰੋ ਵੀ ਤੁਸੀਂ ਕਹਿੰਦੇ ਆਪਦੇ ਘਰੇ ਜਾਓ, ਆਥਣੀ
ਵੀ ਇੱਥੇ ਨਾ ਰਹੋ ਭਾਈ ਕਹਿੰਦੇ ਆਪਦੇ ਘਰੇ ਜਾ ਕੇ ਪਾਓ ਮੈਂ ਤਾਂ ਕੱਲੀ ਪਊਂਗੀ ਭੈਣੇ ਮੇਰੇ ਤੋਂ ਉਹੀ ਗੱਲ ਤੇਰੇ ਵਾਲੀ ਯਾਦ ਆ ਗਈ ਮੇਰੇ ਤਾਂ ਮਨ ਚ ਡਰ ਬਹਿ ਗਿਆ ਨਾ ਜਾਣਗੇ ਵੀ ਇਹ ਉੱਠ ਕੇ ਦੋਨੇ ਜੀ ਮੇਰਾ ਗਲ ਘੋਟ ਦੇਣ ਹਾਂ ਭੈਣੇ ਕੀ ਫਿਰ ਯਕੀਨ ਵੀ ਨਹੀਂ ਭੈਣੇ ਕੋਈ ਬਗਾਨੇ ਬੰਦੇ ਦਾ ਕੀ ਯਕੀਨ ਪਰੇ ਬੰਦੇ ਨੇ ਅੱਜ ਕੱਲ ਤਾਂ ਆਪਦੇ ਜੰਮੇ ਨਹੀਂ ਬਣਦੇ ਉਹ ਤਾਂ ਫਿਰ ਵੀ ਬਗਾਨੇ ਬਗਾਨੇ ਨੇ ਭੈਣੇ ਮੈਨੂੰ ਤਾਂ ਲੱਗਿਆ ਡਰ ਜੇ ਸੱਚੀ ਹੈ ਧਰਮ ਦੀ ਭੈਣ ਮੈਂ ਤਾਂ ਹੱਥ ਨੇ ਉਹਨਾਂ ਨੂੰ ਘਰੋਂ ਕੱਢਤਾ ਵੀ ਭਾਈ ਆਪਦਾ ਜਾਓ ਤੜਕੇ ਆ ਜਾ ਕਰੋ ਦਿਨੇ ਦਿਨੇ ਰਿਹਾ ਕਰੋ ਤੇ ਵੀ ਰਾਤ ਨੂੰ ਆਪਦੇ ਘਰੇ ਪਿਆ ਕਰੋ ਮੁੜ ਕੇ ਦੇਖ ਲਾ ਆਹ ਟਾਈਮ ਆ ਗਿਆ ਭੈਣੇ ਹਜੇ ਨਹੀਂ ਆਏ ਲੈ ਫਿਰ ਭੈਣੇ ਗੁੱਸਾ ਕਰ ਗਏ ਹੋਣਗੇ ਤੇਰੀ ਗੱਲ ਦਾ ਵੀ ਤੂੰ ਉਹਨਾਂ ਨੂੰ ਕਹਿਤਾ ਵੀ ਘਰੇ ਵਾਗ ਜੋ ਆਪਦੇ ਘਰੇ ਪਿਆ ਕਰੋ ਨਹੀਂ ਭੈਣੇ ਇਹ ਗੱਲ ਗੁੱਸਾ ਤਾਂ ਕੀ ਸੀਗਾ ਦੇਖ ਕਹਿੰਦੇ ਮੱਲੋ ਮੱਲੀ ਦਾ ਘਰੇ ਕੋਈ ਰੱਖ ਵੀ ਨਹੀਂ ਸਕਦਾ ਜੇ ਰਹੂਗਾ ਕੋਈ ਮੈਂ ਤਾਂ ਕਹਿੰਦਾ ਗੱਲ ਨਹੀਂ ਕਿਹਾ ਸੀ ਭਾਈ ਤੁਸੀਂ ਆਪਦੇ ਘਰੇ ਜਾਓ ਦਿਨੇ ਆ ਜਾ ਕਰੋ ਕੰਮ ਕਰ ਲਿਆ ਕਰੋ ਰਾਤ ਨੂੰ ਆਪਦੇ ਘਰੇ ਪਿਆ ਕਰੋ ਹੁਣ ਆਏ ਥੋੜੇ ਜਿਹੇ ਹੁਣ ਉਹ ਆ ਗਏ ਤੇ ਕਮਰੇ ਚ ਕਹਿੰਦਾ ਬਈ ਜੋ ਮੁੱਲ ਥੋੜੀ ਲੈ ਲਿਆ ਉਹਨਾਂ ਨੇ ਘਰ ਆਪਣਾ ਵੀ ਇੱਥੇ ਮੇਰੇ ਘਰ ਚ ਹੀ ਰਹੋ ਤੁਸੀਂ ਇਹ ਵੀ ਠੀਕ ਆ ਭਾਣੇ ਜੇ ਹੁਣ ਘਰੇ ਇੱਥੇ ਪਾਣ ਲੱਗ ਗਏ ਤੇਰੇ ਜਾਂ ਕੋਈ ਆਉਂਦੀ ਆ ਰਹਿਣ ਲੱਗ ਜਾਂਦੇ ਭਾਣੇ ਇਹ ਕੀ ਪਤਾ ਹੋਈ ਗੱਲ ਮੰਗੂ ਭਾਣੇ ਤੇਰੇ ਘਰ ਤੀ ਉਹ ਮਾਰ ਕੇ ਕਰ ਜਾਂਦੇ ਦੱਬਾ ਹੈ ਵੀ ਇਹ ਤਾਂ ਸਾਡਾ ਹੀ ਆ ਘਰ ਸਾਡਾ ਹੀ ਹੈ ਭਾਣੇ ਹਾ ਹੀ ਮੇਰੇ ਤਾਂ ਮਨ ਚ ਬੁੱਠੀਆਂ ਜਾ ਚਗੀਆਂ ਤਾਂ ਕਰਕੇ ਮੈਂ ਤਾਂ ਕਹਿਤਾ ਹੁਣ ਰੋਟੀ ਬਣਵਾ ਬੈਠੀ ਹਜੇ ਤੱਕ ਆਏ ਨਹੀਂਗੇ ਪਤਾ ਨਹੀਂ ਕੀ ਹੋ ਪਤਾ ਨਹੀਂ ਨਾ ਪਤਾ ਨਹੀਂ ਉਹਨਾਂ ਸਰਾਪ ਲੱਗ ਗਿਆ ਮੈਂ ਤਾਂ ਬਿਮਾਰ ਹੋਈ ਬੈਠੀ ਹਾਂ ਹਜੇ ਤੱਕ ਕੋਈ ਨਹੀਂ ਲਿਜਾਣ ਆਇਆ ਭੈਣੇ ਤੂੰ ਹੀ ਲੈ ਚੱਲ ਮੈਨੂੰ ਰੋਟੀ ਤਾਂ ਮੈਂ ਲਾ ਦਿੰਦੀ ਹਾਂ ਤੈਨੂੰ ਜੇ ਤੂੰ ਖਾਣੀ ਆ ਨਹੀਂ ਤੈਨੂੰ ਚਾਹ ਬਣਾ ਦਿੰਦੀ ਹਾਂ ਨਾ ਤੈਨੂੰ ਰੋਟੀ ਲਾ ਦਿੰਦੀ ਹਾਂ ਭੈਣੇ ਰੋਟੀ ਵੀ ਤੂੰ ਪਕਾ ਦੇਂਗੀ ਚਾਹ ਵੀ ਤੂੰ ਕਰ ਦੇਂਗੀ ਜਿਹੜੀ ਮੈਂ ਹੁਣ ਬਿਮਾਰ ਹੋਈ ਵੀ ਨਾ ਤਾਂ ਤੂੰ ਲਿਜਾ ਸਕਦੀ ਆ ਗੱਡੀ ਨੂੰ ਖੜੀ ਨੂੰ ਮੋਟਰਸਾਈਕਲ ਨੂੰ ਨਾ ਮੈਂ ਲਿਜਾ ਸਕਦੀ ਆ ਇਹ ਤਾਂ ਬੰਦਾ ਹੀ ਲਿਜਾਊ ਨਾ ਇਹ ਤਾਂ ਠੀਕ ਆ ਭੈਣੇ ਇਹ ਤਾਂ ਫਿਰ ਹੁਣ ਬੰਦਿਆਂ ਦਾ ਕੰਮ ਆ ਗਿਆ ਹਨਾ ਬੰਦਿਆਂ ਦਾ ਕੰਮ ਆ ਭੈਣੇ ਰੋਟੀ ਤੂੰ ਕਿੰਨੇ ਕੁ ਦਿਨ ਪਕਾ ਦੇਂਗੀ ਅੱਜ ਪਕਾ ਦੇਂਗੀ ਸਵੇਰੇ ਪਕਾ ਦੇਂਗੀ ਫਿਰ ਕੌਣ ਪਕਾ ਕੇ ਦੋ ਮੈਨੂੰ ਜੇ ਹੋਵੇਂ ਨਾ ਤਾਂ ਤੂੰ ਉਹਨਾਂ ਨੂੰ ਕਹਿ ਦੇ ਭੈਣ ਬਣ ਕੇ ਵੀ ਕਹਿੰਦੇ ਤੁਹਾਡੇ ਆਈ ਚਾ ਭਾਈ ਬੇਬੇ ਬਿਮਾਰ ਹੋ ਰਹੀ ਆ ਤੁਸੀਂ ਦਵਾਈ ਦਵਾ ਲਿਓ ਨਾ ਤਾਂ ਰੋਟੀ ਤਾਂ ਮੈਂ ਪਕਾ ਦਿਆ ਕਰੂੰ ਮੈਂ ਤਾਂ ਤੇਰੇ ਕੋਲੇ ਰਹਿ ਪਿਆ ਕਰੂੰਗੀ ਤੇ ਰੋਟੀ ਵੀ ਤੇਰੀ ਬਣਾ ਦਿਆ ਕਰੂੰ ਮੈਂ ਲੱਗ ਜੂੰਗੀ ਅੱਜ ਤਾਂ ਫਿਰ ਤੇਰੇ ਕੋਲੇ ਨਹੀਂ ਤੂੰ ਲੱਗ ਜੇਗਾ ਉਹ ਜੀ ਤੂੰ ਆ ਹੋ ਜੀ ਮੈਂ ਦੋਨੇ ਇੱਕੋ ਜੀਆਂ ਹੋ ਜਾਾਂਗੇ ਜੇ ਤੂੰ ਬਿਮਾਰ ਹੋ ਗਈ ਤੈਨੂੰ ਮੈਂ ਗੋਦੀ ਚੱਕ ਕੇ ਲੈ ਜੂੰ ਜੇ ਮੈਂ ਬਿਮਾਰ ਹੋ ਗਈ ਮੈਨੂੰ ਕਿਹੜਾ ਤੂੰ ਚੱਕ ਕੇ ਲੈ ਜਾਏਂਗੀ ਅੱਜ ਤੇ ਵੀ ਆਪਾਂ ਨੂੰ ਪਿਓ ਚਾਹੀਦਾ ਕੋਈ ਚਲਾਉਣ ਵਾਲਾ ਹਾਂ ਫਿਰ ਮੈਂ ਕੋਈ ਜਵਾਕ ਨੂੰ ਦੇਖਿਆ ਉਹਨੇ ਕਿਸੇ ਮੁੰਡੇ ਨੂੰ ਸੱਦ ਲੈਣੀ ਆ ਹਾਂ ਸੱਦ ਲੈ ਭੈਣ ਵਣ ਕੇ ਦੇਖ ਕੇ ਲੈ ਦਵਾਈ ਦਵਾ ਲਿਆਊਗਾ ਤੈਨੂੰ ਹਾਂ ਦਵਾਈ ਦਵਾ ਕੇ ਲੈ ਭੈਣ ਵਣ ਕੇ ਦੇਖ ਲਈ ਫਿਰ ਕਹਿੰਦੇ ਤੂੰ ਉਹਨਾਂ ਨੂੰ ਭੇਜ ਅਸਲ ਤਾਂ ਕਹਿੰਦੇ ਕੰਮ ਵਧੀਆ ਕਰਦੇ ਹੋ ਉਹਨਾਂ ਨੂੰ ਭੇਜਾਂ ਹਾਂ ਪਤਾ ਲਾ ਮੈਂ ਫਿਰ ਹੁਣ ਉਹਨਾਂ ਦਾ ਵੀ ਕੀ ਕਹਿੰਦੇ ਉਹਨਾਂ ਦਾ ਪਤਾ ਲੈ ਨਾ ਤਾਂ ਬਹੂ ਨਾ ਮੁੰਡੇ ਨੂੰ ਦੋਨਾਂ ਨੂੰ ਜੇ ਹੋਵੇਂ ਨਾ ਤਾਂ ਭੈਣ ਵਣ ਕੇ ਉਹਨਾਂ ਨੂੰ ਹੀ ਲਿਆਵੇਂ ਉਹਨਾਂ ਤੋਂ ਬਿਨਾ ਮੇਰਾ ਲੋਟ ਨਹੀਂ ਆਉਂਦਾ ਚਲ ਭਾਈ ਮੈਂ ਤਾਂ ਪਤਾ ਲੈ ਲੈਣੀ ਆ ਉਹਨਾਂ ਨੂੰ ਆਖ ਦੇਣੀ ਆ ਵੀ ਭਾਈ ਉਹ ਭਾਈ ਬਿਮਾਰ ਹੋਈ ਪਈ ਆ ਤੇ ਭਾਈ ਲੈ ਕੇ ਜਾਓ ਦਵਾਈ ਦਵਾ ਕੇ ਲਿਆਓ ਹੈ ਹਾਂ ਜਾ ਕੇ ਆਵਾਂ ਬਣ ਕੇ ਕਿਤੇ ਸਰਸਰੀ ਨਾ ਸਮਝ ਲਈ ਨਾ ਮੈਨੂੰ ਦਵਾਈ ਦਵਾਉਣੀ ਨਾ ਨਾ ਮੈਂ ਹੁਣੀ ਜਾਉਂਗੀ ਜਾ ਜਾ ਭੈਣ ਮੈਂ ਹੋਰ ਕੰਮ ਫੇਰ ਕਰੂੰ ਪਹਿਲਾਂ ਮੈਂ ਤੇਰਾ ਸੁਨੇਹਾ ਲਾਉਂ ਚੰਗਾ ਭੈਣ ਚੰਗਾ ਸ਼ੁਕਰ ਆ ਰੱਬ ਦਾ ਜਿਹੜਾ ਇਹ ਆ ਗਈ ਜੇ ਸੁਨੇਹਾ ਲਾ ਦੂਗੀ ਸੁਨੇਹਾ ਲਾਏ ਤਾਂ ਆ ਜਾਣਗੇ ਪਰ ਕੀ ਪਤਾ ਹੁੰਦਾ ਇਹਨਾਂ ਦਾ ਇਹਨਾਂ ਨੂੰ ਤਾਂ ਜਿਹੜਾ ਕਹਿੰਦੇ ਅੱਖ ਕਹਿੰਦੇ ਦੁਰ ਪੀ ਦਿੰਦਾ ਉਹ ਤਾਂ ਬੁਰਾ ਲੱਗਦਾ ਜਿਹੜਾ ਇਹਨਾਂ ਦਾ ਚੰਮ ਮੂੰਹ ਪੜਦਾ ਉਹਦੇ ਤਾਂ ਮੁੜ ਮੁੜ ਜਾਂਦੇ ਆ ਇੱਥੇ ਪੈਸੇ ਤਾਂ ਇਹਨਾਂ ਨੂੰ ਕੌੜੇ ਲੱਗਦੇ ਆ ਇੱਥੇ ਤਾਂ ਇਹਨਾਂ ਨੇ ਆਉਣਾ ਨੀ ਗੱਲ ਕਰ ਇਹਨਾਂ ਨੂੰ ਇਹ ਪੈਸੇ ਕੋਈ ਚੰਗੇ ਲੱਗਦੇ ਇਹਨਾਂ ਨੂੰ ਤਾਂ ਛੱਡਾਂ ਦੇ ਸ਼ੌਰਾਂ 'ਚ ਹੱਥ ਮਾਰਨਾ ਉਹੀ ਚੰਗੇ ਲੱਗਦੇ ਆ ਮੇਰੇ ਪੈਸੇ ਨੀ ਚੰਗੇ ਲੱਗਦੇ ਨਾ ਹੀ ਮੈਂ ਚੰਗੀ ਲੱਗਦੀ ਹੈਗੀ ਇਹ ਇੱਕ ਕੰਮ ਤੇ ਕਾਹਨੂੰ ਖੜਦੇ ਹੁੰਦੇ ਹੈਗੇ ਇਹਨਾਂ ਨੇ ਤਾਂ ਜਦੋਂ 2 ਰੁਪਏ ਆ ਜਾਣ ਉਹ ਗੱਲ ਵਾਂਗੂ ਫੇਰ ਨੀ ਇਹ ਕਿਸੇ ਦੇ ਭਤੀਜ ਦੇ ਨਾ ਕਿਸੇ ਦੀ ਇਹ ਗੱਲ ਗੌਲ ਲੋ ਵੇ ਭਾਈ ਆਏ ਪਏ ਹੋਗੇ ਹਾਂ ਤਾਈ ਬਹਿ ਗਿਆ ਤਾਈ ਕੋਈ ਨੀ ਆ ਜਾ ਬਹਿ ਗਿਆ ਬੈਠੀ ਭਾਈ ਤੇ ਅੱਜ ਤੁਸੀਂ ਕੰਮ ਤੇ ਨਹੀਂ ਭਾਈ ਗਏ ਉਹ ਤਾਈ ਅਸੀਂ ਕੀ ਕੰਮ ਤੇ ਜਾਈਏ ਆ ਦੇਖ ਲੈ ਮੈਂ ਤਾਂ ਨਾ ਰੋਗ ਰੋਗ ਕਰਕੇ ਛਟੀਆਂ ਤੋਂ ਮਸਾਂ ਨਰਮਾ ਚੁਗਿਆ ਸੀ 3 ਪੰਡਾ ਬਣਾ ਲਿਆ ਸੀ ਸਾਡਾ ਤਾਂ ਸਾਰਾ ਕੁਝ ਨਰਮਾ ਹੀ ਚੱਕ ਕੇ ਲੈ ਗਿਆ ਉਹ ਕੋਈ ਨਰਮਾ ਹੀ ਜੋ ਹੋ ਗਿਆ ਚੋਰੀ ਹੋ ਗਿਆ ਤੁਹਾਡਾ ਤਾਂ ਭਾਈ ਹੋਰ ਸਾਰਾ ਕਸੂਰ ਤਾਂ ਨਾ ਹਰਪ੍ਰੀਤ ਦਾ ਸਾਡਾ ਜਿੰਦਾ ਖਰਾਬ ਸੀਗਾ ਇਹਨੇ ਜਿੰਦਾ ਨਵਾਂ ਨਹੀਂ ਲਿਆ ਹਾਂ ਬਸ ਫਿਰ ਭਾਈ ਕੋਈ ਆ ਤੁਸੀਂ ਉਹ ਬਸ ਜਿੰਦਾ ਵਿੱਚ ਪਾਤਾ ਹੋ ਅਗਲਾ ਬਸ ਕੱਢ ਕੇ ਵਿੱਚੋਂ ਜਿੰਦਾ ਲੈ ਗਿਆ ਭਾਈ ਚੱਕ ਕੇ ਤਾਈ ਇਹ ਤਾਂ ਮੈਨੂੰ ਐਂ ਕਹਿਣੀ ਸੀ ਵੀ ਆਪਣੀਆਂ ਕੋਈ ਮੋਹਰਾਂ ਚੱਕ ਲੂਗਾ ਆ ਦੇਖ ਲੈ ਸਾਡੀਆਂ ਤਾਂ ਸਾਰੀਆਂ ਉਹੀ ਮੋਹਰਾਂ ਸੀ ਉਹੀ ਸਾਰਾ ਕੁਝ ਸੀਗਾ ਉਹ ਐਂ ਸੀਗਾ ਤੇ ਨਰਮਾ ਵੇਚ ਕੇ ਨਾ 2 ਮਣ ਕਣਕ ਲਿਆਵਾਂਗੇ ਉਹੀ ਕੁੜੀਆਂ ਫਿਰ ਹੁਣ ਮੈਨੂੰ ਕਿਹੜਾ ਪਤਾ ਸੀ ਵੀ ਆਪਣੇ ਨਰਮੇ ਤੇ ਬੈਠੇ ਕੋਈ ਆਪਣਾ ਉਹਦੀ ਚੱਪਣ ਆ ਜੂ ਜਦੋਂ ਆਪਾਂ ਜਾਵਾਂਗੇ ਅਸੀਂ ਮਾੜਾ ਜਿਹਾ ਲੇਟ ਹੋ ਗਏ ਤਾਈ ਰਾਤ ਸਾਡੇ ਹੁਣ ਤੋਂ ਪਹਿਲਾਂ ਹੀ ਲੈ ਗਿਆ ਕੋਈ ਹੋਰ ਭਾਈ ਉਹੀ ਗੱਲ ਮੈਂ ਤੁਹਾਡੇ ਨਾਲ ਭਾਈ ਉਹੀ ਮੋਹਰਾਂ ਸੀ ਹਨਾ ਕੋਈ 2 ਮਣ ਕਣਕ ਲੈਂਦੇ ਵੇਚ ਕੇ ਨਰਮਾ ਤੇ ਕੋਈ ਚੁੱਲ੍ਹੇ ਦਾ ਸਮਾਨ ਲਿਆਉਂਦੇ ਕੋਈ ਨੂਣ ਮਿਰਚ ਲਿਆਉਂਦੇ ਕੋਈ ਗੁੜ ਚਾਹ ਲਿਆਉਂਦੇ ਹਾਂ ਤਾਈ ਉਹੀ ਤਾਂ ਗੱਲ ਹੈ ਹੁਣ ਗਰੀਬਾਂ ਦੇਖ ਲੈ ਹਨਾ ਅਸੀਂ ਹੁਣ ਕੀ ਖਾਵਾਂਗੇ ਖਾਣਾ ਭਾਈ ਕੀ ਹੈ ਹੁਣ ਤਾਂ ਗੱਲ ਵਾਂਗੂ ਮੈਂ ਤਾਂ ਹੁਣ ਭਾਈ ਉੱਥੇ ਗਈ ਸੀ ਉਹਨਾਂ ਦੇ ਘਰੇ ਸਰਬਜੀਤ ਕੇ ਅੱਛਾ ਤਾਈ ਤੂੰ ਉੱਥੇ ਗਈ ਸੀ ਉਹਨਾਂ ਦੇ ਘਰੇ ਹਾਂ ਤੇ ਉਹ ਤਾਂ ਭਾਈ ਮੈਨੂੰ ਹੁਣ ਸੁਨੇਹਾ ਲਾਇਆਗਾ ਤੇ ਆਦੀ ਵੀ ਮੇਰੇ ਕੰਮ ਤੇ ਨਹੀਂ ਭਾਈ ਅੱਜ ਆਏ ਕੀ ਗੱਲ ਹੈਗੀ
ਭਾਈ ਤੈਨੂੰ ਸਾਰੀਆਂ ਗੱਲਾਂ ਦੱਸੀਆਂ ਨੇ? ਹਾਂ ਭਾਈ ਦੱਸੀਆਂ ਨੇ, ਮੈਨੂੰ ਪਤਾ ਹੈਗਾ ਤੁਸੀਂ ਆ ਗਏ ਗੁੱਸੇ ਚ, ਤੁਸੀਂ ਪੈਂਦੇ ਸੀ ਉੱਥੇ ਤੇ ਸਾਨੂੰ ਭਾਈ ਉਹਨੇ ਰਾਤ ਨੂੰ ਘਰੋਂ ਕੱਢਤਾ। ਉਹ ਦੇਖ ਲੈ ਤਾਈ ਸਾਡੀ ਉਹਨੇ ਕਿੰਨੀ ਬੇਇੱਜ਼ਤੀ ਕੀਤੀ ਹੈ, ਪਹਿਲਾਂ ਸਾਨੂੰ ਕਮਰੇ ਚ ਉਹਦੇ ਧਰਾਤਾ ਸਾਰਾ ਸਮਾਨ, ਤੇ ਜਦੋਂ ਅਸੀਂ ਉੱਥੇ ਬੈਠਣ ਲੱਗੇ ਰੋਟੀ ਖਾਣ ਲੱਗੇ ਵੀ ਇੱਥੇ ਹੀ ਪੈ ਜਾਾਂਗੇ ਤੇ ਸਾਨੂੰ ਦੇਖ ਲੈ ਰਾਤ ਨੂੰ ਘਰੋਂ ਕੱਢਤਾ ਤਾਈ। ਮਾੜੀ ਗੱਲ ਕਰੀ ਭਾਈ ਉਹਨੇ ਵੀ, ਕਿ ਤੁਸੀਂ ਸਾਰੇ ਨੇ ਭਾਈ ਦੇਖ ਸਾਂਭ ਸਮਈਆ ਕਰਦੇ ਸੀ ਉਹਦਾ, ਹੈ ਤੁਸ ਤਾਂ ਭਾਈ ਉਹਦੇ ਜਵਾਕ ਹੀ ਬਣ ਗਏ ਸੀ, ਉਹਨੇ ਵੀ ਭਾਈ ਖਰ ਗੱਲ ਤੁਹਾਡੇ ਨਾਲ ਭਾਈ ਨਜਾਇਜ਼ ਕਰੀ, ਰਾਤ ਨੂੰ ਸੀ ਘਰੋਂ ਕੱਢਣਾ। ਜ਼ਿਆਦੇ ਨਜਾਇਜ਼ ਕੀਤੀ ਹੈ ਤਾਈ, ਥੋੜੀ ਨਹੀਂ ਕੀਤੀ, ਸਾਨੂੰ ਪਹਿਲਾਂ ਨਾ ਕਹਿੰਦੀ, ਸਾਨੂੰ ਕੋਈ ਗੁੱਸਾ ਨਹੀਂ ਸੀਗਾ, ਜਿਹੜੀ ਸਾਡੇ ਨਾਲ ਕੀਤੀ ਹੈ ਨਾ ਸਾਡੇ ਮਨ ਤੇ ਬੀਤੀ ਹੈ ਉਹ ਸਾਨੂੰ ਪਤਾ ਹੈ, ਨਾਲੇ ਤਾਂ ਉਧਰੋਂ ਸਾਨੂੰ ਉਹਨੇ ਕੱਢਤਾ ਅੱਧੀ ਰਾਤ ਘਰੋਂ ਤੇ ਨਾਲੇ ਸਾਡਾ ਨਰਮਾ ਚੁੱਕਿਆ ਗਿਆ। ਨਰਮਾ ਚੱਕਿਆ ਗਿਆ, ਤੂੰ ਤਾਂ ਭਾਈ ਦੋਨਾਂ ਪਾਸੇ ਮਾਰੀਏ ਗਏ ਗਰੀਬ ਬੰਦੇ ਸੀ ਹਨਾ। ਉਹ ਦੱਸ ਕਿਵੇਂ ਕਰਨਾ ਹੁਣ, ਚੱਲਣਾ ਕਿ ਨਾ? ਭਾਈ ਤੈਨੂੰ ਨੇ ਸਨੇਹਾ ਲਾਇਆ ਬੇਬੇ ਨੇ? ਹਾਂ ਭਾਈ ਸਨੇਹਾ ਲਾਇਆ, ਉਹ ਤਾਂ ਕਹਿੰਦੀ ਭਾਈ ਮੇਰਾ ਸਨੇਹਾ ਲਾ ਦੀ ਬਿਮਾਰ ਹੋਈ ਪਈਆਂ, ਕਹਿੰਦੀ ਮੈਂ ਤਾਂ ਤੇ ਮੈਨੂੰ ਤਾਂ ਭਾਈ ਦਵਾਈ ਦਵਾ ਕੇ ਲਿਆਵੇ, ਕਹਿੰਦੀ ਮੁੰਡਾ ਤੇ ਗੱਡੀ ਲੈ ਕੇ ਜਾਵੇ, ਕੋਈ ਗੱਡੀ ਚਲਾਉਣ ਵਾਲਾ ਨਹੀਂ ਕਹਿੰਦੀ। ਤਾਈ ਇਹ ਦੇਖ ਲੈ ਬੇਇੱਜ਼ਤੀ ਤਾਂ ਕਿੰਨੀ ਕਰੀਏ, ਹੁਣ ਤੂੰ ਦੱਸ ਤੇਰੇ ਹਿਸਾਬ ਨਾਲ ਸਾਨੂੰ ਜਾਣਾ ਚਾਹੀਦਾ ਕਿ ਨਾ? ਮੈਂ ਤਾਂ ਭਾਈ ਕੀ ਦੱਸਾਂ ਤੁਹਾਨੂੰ, ਉਹ ਤਾਂ ਭਾਈ ਹੁਣ ਦੇਖ ਤੁਹਾਡੀ ਮਰਜ਼ੀ ਹੈ ਜਾਣਾ ਕਰਨਾ, ਤਾਂ ਮੈਂ ਤਾਂ ਭਾਈ ਦੇਖ ਸਨੇਹਾ ਲਾਉਣਾ ਸੀ, ਕਿਵੇਂ ਭਾਈ ਮੈਨੂੰ ਕਹਿਤਾ ਮੈਂ ਤੁਹਾਨੂੰ ਦੱਸਤਾ, ਉਹ ਭਾਈ ਆਇਆ ਤੁਹਾਡੀ ਵੀ ਦੇਖ ਬੇਇੱਜ਼ਤੀ ਕਿੱਡੀ ਕਰੀ, ਹੈ ਮਾੜੀ ਗੱਲ ਕਰੀ ਭਾਈ, ਤੇ ਹੁਣ ਤਾਂ ਰੋਟੀ ਵੀ ਨਾ ਖਾਣ ਦਿੱਤੀ, ਹੁਣ ਤਾਂ ਕਮਰੇ ਚੋਂ ਕੱਢਤਾ। ਉਹੀ ਤਾਂ ਗੱਲ ਹੈ ਤਾਈ, ਤਾਂ ਹੀ ਤਾਂ ਅਸੀਂ ਗਏ ਨਹੀਂ, ਤਾਂ ਐਵੇਂ ਕਰੀ ਜਾਂਦਾ, ਨਰਮਾ ਤਾਂ ਚੱਲ ਚੋਰੀ ਹੋਣ ਵਾਲਾ ਹੋ ਗਿਆ ਸੀ, ਜੇ ਹੁਣ ਸਾਨੂੰ ਉਹ ਨਾ ਕੱਢਦੀ ਰਾਤ ਉੱਥੋਂ, ਹੈ ਚੱਲ ਸਾਨੂੰ ਇਹੀ ਕਹਿ ਦਿੰਦੀ ਵੀ ਭਾਈ ਕੋਈ ਗੱਲ ਨੀ ਰਾਤ ਕੱਟ ਜੋ, ਤਾਂ ਦੂਏ ਦਿਨ ਨਾ ਕਹਿੰਦੀ, ਦੂਏ ਦਿਨ ਕਹਿੰਦੀ ਭਾਈ ਅੱਜ ਸਾਡੇ ਘਰ ਅਸੀਂ ਦੂਜੇ ਦਿਨ ਆਪਦੇ ਘਰੇ ਰਾਤ ਕੱਟਾਂਗੇ। ਭਾਈ ਉਹੀ ਗੱਲ ਮੰਗੋ ਵੀ ਮੈਂ ਤਾਂ ਅਮੀਰ ਆ ਵੀ ਇਹ ਗਰੀਬ ਹੈ, ਉਹਨੇ ਆਏ ਨਹੀਂ ਸੋਚਿਆ ਵੀ ਬੇਚਤਾ ਭਾਈ ਗਰੀਬ ਦੀ ਵੀ ਓਡੀ ਆ ਤੇ ਅਮੀਰ ਦੀ ਵੀ ਓਡੀ ਆ, ਹੈ ਜੇ ਕੋਈ ਗਰੀਬ ਹੈ ਫਿਰ ਭਾਈ ਉਹਦੀ ਬੇਚਤੇ ਘਰੋਂ ਕਰਕੇ ਬੰਦਾ ਮੋੜਦਾ ਹੁੰਦਾ। ਭਾਈ ਤੂੰ ਇਹਨਾਂ ਗੱਲਾਂ ਨੂੰ ਸਮਝਦੀ ਐ, ਉਹ ਜਿਹੜੇ ਅਮੀਰ ਲੋਕ ਹੁੰਦੇ ਨੇ ਇਹ ਗਰੀਬਾਂ ਨੂੰ ਕੁਝ ਨਹੀਂ ਸਮਝਦੇ, ਗਰੀਬਾਂ ਦੀ ਤਾਂ ਇਹ ਇੱਜ਼ਤ ਹੀ ਨਹੀਂ ਸਮਝਦੇ। ਨਾ ਭਾਈ ਉਹਨਾਂ ਦਾ ਬਸਦਾ ਲਾਵਾ ਸਾਹਿਬ ਦੀ ਮਾਈ ਤੇ ਰਹਿੰਦੇ ਨੇ, ਉਹ ਗਰੀਬ ਨੂੰ ਕਿੱਥੇ ਦੇਖਦੇ ਨੇ, ਆਏ ਹੁੰਦਾ ਵੀ ਗਰੀਬਾਂ ਦਾ ਕੀ ਹੈਗਾ। ਚੱਲ ਤਾਈ ਕੋਈ ਗੱਲ ਨਹੀਂ, ਇੱਜ਼ਤ ਤਾਂ ਇੱਕੋ ਹੀ ਹੁੰਦੀ ਹੈ, ਗਰੀਬ ਦੀ ਤੇ ਅਮੀਰ ਦੀ ਦੋਨਾਂ ਦੀ ਇੱਕੋ ਜੀ ਹੁੰਦੀ ਹੈ। ਹੋਰ ਭਾਈ ਉਹ ਗੱਲ ਕੋਈ ਨਹੀਂ ਤਾਈ, ਦੇਖਦੇ ਆਂ ਅਸੀਂ ਰਾਏ ਕਰਦੇ ਆਂ, ਜੇ ਸਾਡਾ ਮਨ ਮੰਨਿਆ ਤਾਂ ਅਸੀਂ ਜਾਵਾਂਗੇ, ਜੇ ਨਾ ਮੰਨਿਆ ਤਾਂ ਅਸੀਂ ਜਾਂਦੇ ਨਹੀਂ। ਚੱਲ ਚੰਗਾ ਹੋ ਗਿਆ ਤੂੰ ਸੁਨੇਹਾ ਲਾ ਗਈ, ਤੇਰਾ ਲਾਉਣਾ ਕੰਮ। ਹੋਰ ਚੱਲ ਭਾਈ ਸਾਡਾ ਸੁਨੇਹਾ ਲਾਉਣਾ ਸੀ, ਜੇ ਤਾਂ ਭਾਈ ਤੁਹਾਡਾ ਮਨ ਬੰਦ ਹੈ ਇੱਕ ਭਾਈ ਬਾਗ ਜੋ, ਤੇ ਨਹੀਂ ਭਾਈ ਤਾਂ ਤੁਹਾਡੀ ਮਰਜ਼ੀ। ਚੰਗਾ ਤਾਈ ਕੋਈ ਗੱਲ ਨਹੀਂ, ਫਿਰ ਅਸੀਂ ਕਰਦੇ ਆਂ ਆਪਦੀ ਰਾਏ ਆਪ ਚ। ਹੁਣ ਕਿਵੇਂ ਕਰੀਏ, ਕਿਵੇਂ ਕੀ ਕਰਨਾ? ਹੁਣ ਜੇ ਤਾਈ ਸੁਨੇਹੀ ਲਾ ਗਈ, ਉਹਦਾ ਵਿਚਾਰੀ ਨੇ ਸੁਨੇਹਾ ਲਾਉਣਾ ਨਹੀਂ ਲਾਤਾ, ਨਾਲੇ ਉਹਨੇ ਤਾਂ ਐਂ ਕਹਿਤਾ ਵੀ ਭਾਈ ਤੁਹਾਡੀ ਮਰਜ਼ੀ ਹੈ ਜਾਣਾ ਨਾ ਜਾਣਾ। ਉਹ ਤਾਈ ਨੇ ਤਾਂ ਕਹਿਣੀ ਸੀ ਵੀ ਤੁਹਾਡੀ ਮਰਜ਼ੀ ਹੈ, ਤਾਈ ਤਾਂ ਕਹਿ ਕੇ ਤੁਰ ਗਈ। ਤਾਈ ਨੇ ਕਿਹੜਾ ਹੁਣ ਆਪਾਂ ਨੂੰ ਰੋਟੀ ਦੇਣੀ ਹੈ, ਰੋਟੀ ਤਾਂ ਆਪਾਂ ਆਪ ਬਣਾ ਕੇ ਖਾਣੀ ਪਊ, ਮੈਨੂੰ ਐਂ ਦੱਸ ਆਪਣੇ ਕੋਲੇ ਬਣਾਉਣ ਨੂੰ ਕੀ ਸਮਾਨ ਹੈ, ਜੇ ਆਪਾਂ ਨੂੰ ਸੁਨੇਹਾ ਦਿੱਤਾ ਉਹਨੇ ਕੀ ਗੱਲ ਹੈ, ਨਾਲੇ ਫਿਰ ਇਹ ਤਾਂ ਬਣੀ ਆਈ ਹੈ ਮੁੱਢ ਤੋਂ ਰੀਤ ਹੈਗੀ, ਜਿਵੇਂ ਕਹਿੰਦੇ ਹੁੰਦੇ ਗਰੀਬਾਂ ਨੂੰ ਉਮੀਦ ਤਾਂ ਕਹਿੰਦੀ ਆਏ, ਗਰੀਬਾਂ ਨੂੰ ਤਾਂ ਸਹਿਣਾ ਪੈਂਦਾ ਸਾਰਾ ਕੁਛ। ਉਹ ਗੱਲ ਤਾਂ ਤੇਰੀ ਠੀਕ ਹੈ, ਉਹ ਚੱਲ ਆਪਣਾ ਤਾਂ ਹੁਣ ਇੱਥੇ ਕੀ ਹੈਗਾ, ਬਹਿ ਕੇ ਕੀ ਹੈ, ਨਰਮਾ ਵੀ ਕੋਈ ਲੈ ਗਿਆ ਆਪਣੇ ਕੋਲੇ, ਕਿਹੜੇ ਕਣਕਾਂ ਦੀ ਵੀ ਰੋਟੀਆਂ ਖਾ ਲਾਂਗੇ, ਨਾਲੇ ਆਪਣੀ ਇੱਜ਼ਤ ਵੀ ਰਹੇਗੀ। ਆਪਾਂ ਐ ਕਹਿੰਦੇ ਜੋ ਐਣ ਜੋਗੇ ਤਾਂ ਹੋ ਗਏ ਵੀ ਸਾਨੂੰ ਤਾਂ ਘਰੋਂ ਸੱਦ ਕੇ ਲਈਏ ਤਾਈ। ਹਾਂ ਵੀ ਇਸ ਤਾਂ ਮਾਨ ਤਾਣ ਆਇਆ ਘਰ ਚੱਕ ਸਮਾਨ ਤੇ ਆਪਾਂ ਚੱਲੀਏ, ਤੇ ਨਾਲੇ ਮੈਨੂੰ ਤਾਂ ਆਪ ਨੂੰ ਭੁੱਖ ਲੱਗੀ ਪਈ, ਮੈਨੂੰ ਤਾਂ ਲੱਗਦਾ ਬੇਬੇ ਨੇ ਵਿਚਾਰੀ ਨੇ ਕਿਹੜੀ ਖਾਧੀ, ਉਹ ਰੋਟੀ ਕਿਤੇ ਭੁੱਖੀ ਨਾ ਬਿਮਾਰ ਹੋ ਗਈ। ਉਹ ਆਪਾਂ ਤਾਂ ਬਹਾਨੇ ਹੀ ਭਾਲਦੇ ਸੀ, ਚੱਲ ਇਹਨੇ ਆਪਾਂ ਬਗ ਚੱਲਦੇ ਆ, ਚੱਲ ਫਿਰ ਲੈ ਲੈ ਬਾਹਰ ਜਾ ਤਾਂ ਡਾ ਦਿਆਂ, ਦੇਖੀ ਜੋ ਕਿਤੇ ਕੋਈ ਆਪਣਾ ਢੋਲ ਨਾ ਲੈ ਜੇ ਚੱਕ ਕੇ, ਅੱਜ ਬੇਬੇ ਨੂੰ ਕਹਾਂਗੇ ਬੇਬੇ ਸਾਨੂੰ ਜਿੰਦਾ ਦੇ। ਮੇਰੀ ਗੱਲ ਸੁਣ ਲੈ, ਜਿੰਦਾ ਤੂੰ ਲਾਜ਼ਮੀ ਲੈ ਕੇ ਆਈ, ਦੇਖ ਲੈ ਨਰਮਾ ਤਾਂ ਕੋਈ ਲੈ ਗਿਆ, ਆਪਣੀਆਂ ਕੋਈ ਬਾਟੀਆਂ ਵੀ ਨਾ ਚੱਕ ਕੇ ਲੈ ਜੇ। ਹੋਰ ਆ ਕਣਕ ਵਾਲਾ ਐਡਾ ਢੋਲ ਪਿਆ ਆਪਣੇ ਕੋਲੇ, ਤਾਂ ਆਪਣਾ ਤਾਂ ਖਾਲੀ ਰਹਿ ਗਿਆ ਵੀ ਹਲਾ ਜਿੰਦਾ, ਜਿੰਦਾ ਕੀ ਲਾਵਾਂ, ਇਹਦੇ ਤਾਂ ਹੈ ਨਹੀਂ ਚਾਬੀ, ਇਹ ਤਾਂ ਬਾਹਰ ਹੀ ਡਾਉਣਾ ਪਊਗਾ। ਅੱਜ ਨਾ ਜਿੰਦਾ ਯਾਦ ਕਰਕੇ ਲਾਜ਼ਮੀ ਲਿਆਵਾਂਗੇ ਆਪਾਂ। ਕੋਈ ਨਹੀਂ ਆਪਾਂ ਕੋਲੇ ਘਰ ਵਾਲੇ ਨੂੰ ਕਹਿ ਜਾਾਂਗੇ ਵੀ ਮਾੜਾ ਜਿਹਾ ਭਾਈ ਸਾਡੇ ਧਿਆਨ ਰੱਖਿਓ ਮਾੜਾ ਜਿਹਾ, ਤੇ ਅਸੀਂ ਕੋਈ ਨਹੀਂ ਆਉਂਦੇ ਹੋਏ ਜਿੰਦਾ ਲੈ ਕੇ ਆਵਾਂਗੇ। ਲਾ ਜਾ ਹੁਣ, ਲੇਟ ਨਾ ਹੋ, ਲੇਟ ਤਾਂ ਆਪਾਂ ਪਹਿਲਾਂ ਹੀ ਉੱਥੇ ਰਹੋਗੇ। ਲੈ ਲੈ ਬੇਟਾ ਬੈਠੀ ਹੈ, ਡਿੱਕੀ ਜਾਂਦੀ ਹੈ ਵਿਚਾਰੀ, ਕੀ ਕਰੇ, ਸ਼ੁਕਰ ਹੈ ਭਾਈ ਰੱਬ ਦਾ ਜਿਹੜਾ ਤੁਸੀਂ ਆ ਗਏ। ਸਤਿ ਸ੍ਰੀ ਅਕਾਲ ਬੇਬੇ, ਸਤਿ ਸ੍ਰੀ ਅਕਾਲ ਪੁੱਤ, ਬਾਈਆ ਪੁੱਤ ਮੰਜੇ ਤੇ, ਸਤਿ ਸ੍ਰੀ ਅਕਾਲ ਬੇਬੇ, ਸਤਿ ਸ੍ਰੀ ਅਕਾਲ ਪੁੱਤ ਮੰਜੇ ਤੇ, ਬਾਈਆ ਪੁੱਤ ਗੁਰਲਾਲ, ਬੇਬੇ ਕੀ ਦੁਖਣ ਲੱਗ ਗਿਆ ਤੇਰਾ? ਕੁਛ ਨਾ ਪੁੱਤ, ਮੇਰਾ ਤਾਂ ਕਹਿੰਦੇ ਪਾਣੀ ਪੀ ਪੀ ਕੇ, ਕਹਿੰਦੇ ਮੇਰੇ ਤਾਂ ਦਰਦ ਹੋਣ ਲੱਗ ਗਿਆ, ਬਾਹ ਕਾਲ ਜੇ ਲੜ ਗਿਆ ਮੇਰਾ ਪਾਣੀ, ਤੇ ਮੈਨੂੰ ਤਾਂ ਗੱਡੀ ਤੇ ਲੈ ਕੇ ਚੱਲੋ, ਮੰਡੀ ਲੈ ਕੇ ਦਿਖਾ ਕੇ ਲਿਆਓ ਪੁੱਤ, ਗੱਡੀ ਕੱਢ ਬਾਹਰ ਬੇਬੇ। ਚੱਲ ਚੱਲ ਗਈ ਫਿਰ, ਹੁਣੀ ਚੱਲੀਏ? ਨਹੀਂ ਕਿੱਧਰ ਚੱਲ, ਬੇਬੇ ਦਾ ਮੈਨੂੰ ਪਤਾ, ਬੇਬੇ ਦਾ ਰੋਟੀ ਬਿਨਾ ਕਾਲਜਾ ਦੁਖਣ ਲੱਗਿਆ, ਜੇ ਦਵਾਈ ਲਿਆਉਣੀ ਹੋ ਉਦੋਂ ਬਾਅਦ ਲੈ ਆਇਓ, ਕਿਰਾ ਮੈਂ ਰੋਟੀ ਬਣਾ ਕੇ ਲਿਆਉਣੀ, ਦੇਖ ਬੇਬੇ ਹੁਣ ਸਬਜ਼ੀ ਤਾਂ ਇੰਨੀ ਕਾਲੀ ਮੈਥੋਂ ਬਣਦੀ ਨੀ, ਮੈਂ ਤੈਨੂੰ
ਪਤਾ ਨਹੀਂ ਤੁਹਾਡਾ ਸਰਾਪ ਲੱਗ ਗਿਆ ਕਿ ਕਦੇ ਨਹੀਂ ਸੀ ਬਿਮਾਰ ਹੋਈ ਜਿੱਦਣ ਤੁਸੀਂ ਆਏ ਹੋਣੇ ਆ ਕੰਮ ਤੇ। ਹੁਣ ਮੈਂ ਤੜਕੇ ਦੀ ਬਿਮਾਰ ਪਈ ਆ ਪੁੱਤ, ਮੈਂ ਤਾਂ ਕੱਲਾ ਪਾਣੀ ਪੀ ਪੀ ਕੇ ਟਾਈਮ ਪਾਸ ਕਰੇ, ਮੇਰੇ ਤਾਂ ਦਰਦ ਵਾਲਾ ਹੋਈ ਜਾਂਦਾ ਹੈ। ਬੇਬੇ ਅਸੀਂ ਕੋਈ ਤੇਰੀ ਗੱਲ ਦਾ ਗੁੱਸਾ ਨਹੀਂ ਮੰਨਿਆ, ਸਾਡਾ ਤਾਂ ਨਾ ਜਿਹੜੀਆਂ ਮੈਂ ਤਿੰਨ ਪੰਡਾਂ ਬਣਾਈਆਂ ਸੀ ਫੁੱਟੀ ਫੁੱਟੀ ਚੁੱਕ ਕੇ ਛਟੀਆਂ ਤੋਂ, ਸਾਡਾ ਤਾਂ ਕੋਈ ਤਿੰਨ ਪੰਡਾਂ ਨਰਮੇ ਦੀਆਂ ਚੱਕ ਕੇ ਲੈ ਆ। ਬੁਆਈ ਲੈ ਗਿਆ ਕੋਈ? ਹੋਰ ਬੇਬੇ ਅਸੀਂ ਤੱਕ ਬੈਠੇ ਨਾ, ਉਸੇ ਦੇ ਉਸ ਚ ਬੈਠੇ ਸੀਗੇ ਵੀ ਆਪਾਂ ਹੁਣ ਕੀ ਖਾਵਾਂਗੇ ਕੀ ਕਰਾਂਗੇ, ਤਾਂਹੀਓ ਲੇਟ ਹੋ ਗਏ ਪੁੱਤ। ਹਾਂ ਬੇਬੇ ਕਸੂਰ ਤਾਂ ਨਾ ਸਾਰਾ ਸਾਡਾ ਹੀ ਹੈ, ਸਾਡਾ ਨਾ ਜਿੰਦਾ ਟੁੱਟਿਆ ਪਿਆ ਸੀ, ਜਿੰਦੀ ਜੀ ਲੱਗੀ ਛੋਟੀ ਜੀ ਸਾਡੇ ਬਾਰ ਨੂੰ। ਉਹ ਮੈਂ ਤਾਂ ਕਈ ਵਾਰੀ ਕਿਹਾ ਸੀ ਹਰਪ੍ਰੀਤ ਨੂੰ ਵੀ ਬੇਬੇ ਤੋਂ ਤੂੰ ਜਿੰਦੀ ਛੋਟੀ ਜੀ ਨਵੀਂ ਲੈ ਲੈ, ਇਹ ਕਹਿੰਦੀ ਆਪਣੀਆਂ ਕੋਈ ਮੋਹਰਾਂ ਚੱਕ ਕੇ ਲੈ ਜਾਊਗਾ, ਤੇ ਹੁਣ ਸਾਡੇ ਕੋਲ ਗਰੀਬਾਂ ਕੋਲੇ ਮੋਹਰਾਂ ਤਾਂ ਕਿਹੜੀਆਂ ਸੀਗੀਆਂ, ਸਾਡੀਆਂ ਤਾਂ ਕੋਈ ਨਰਮੀ ਨਹੀਂ, ਪੰਡਾ ਹੀ ਚੱਕ ਕੇ ਲੈ ਗਿਆ ਪੁੱਤ। ਸੁਣ ਤਾਂ ਉਹੀ ਮੋਹਰਾਂ ਬਰਾਬਰ ਸੀਗੀਆਂ, ਮਾਸਾ ਨਰਮਾ ਪੂਹੀ ਪੂਹੀ ਨਾਲ ਇਕੱਠਾ ਕਰ, ਜਿੰਨੇ ਤਾਂ ਆਪਣੇ ਘਰ ਪੈ ਸੀ ਇੱਥੋਂ ਲੈ ਜਾਂਦੇ। ਹਾਂ ਬੇਬੇ ਦੇਖ ਲੈ, ਇਹਨੇ ਤਾਂ ਪੁੱਛ ਹੀ ਨੀਗਾ, ਇਹਨੇ ਤਾਂ ਨਰਮਾ ਚਕਵਾਉਣਾ ਸੀਗਾ ਉਹ ਚਕਵਾਤਾ, ਮੈਂ ਤਾਂ ਦੇਖ ਲਿਆ ਬੇਬੇ ਮਸਾਂ ਚੁਗਿਆ ਸੀ, ਮਸਾਂ ਚੁਗਿਆ ਸੀ ਪੁੱਤ। ਚੱਲ ਕੋਈ ਨਾ ਪੁੱਤ, ਐਵੇਂ ਦਿਲ ਨਾ ਸਿੱਟ ਕਹਿੰਦੇ, ਕੋਈ ਨਾ ਨਰਮਾ ਲੈ ਗਿਆ ਜਿਹੜਾ ਚੱਕਣਾ ਉਹਦਾ ਭਲਾ ਹੋਵੇ, ਕੋਈ ਨਾ ਜਿੰਨੇ ਕਦੇ ਨਰਮਾ ਸੀ ਸਾਨੂੰ ਪੈਸੇ ਮੈਂ ਦੇ ਦੂੰ ਆਪੇ। ਬੇਬੇ ਤੂੰ ਸਾਨੂੰ ਨਰਮੇ ਦੇ ਤੂੰ ਪੈਸੇ ਦੇ ਦੇਗੀ? ਹੋਰ ਪੁੱਤ ਫੇਰ ਕੀ ਹੁੰਦਾ, ਹੁਣ ਤੂੰ ਦਿਲ ਸਿੱਟੀ ਜਾਏਗਾ ਕੀ ਫਾਇਦਾ, ਜਦੋਂ ਮੇਰੇ ਕੋਲ ਰਹਿੰਦੇ ਹੋ ਸਾਰਾ ਦਿਨ ਕੰਮ ਧੰਦਾ ਕਰਦੇ ਹੋ, ਕਿੱਡੀ ਕੁ ਗੱਲ ਹੈ ਕਿ ਕਹਿੰਦੇ ਤੇਰਾ 15,000 ਦਾ ਨਰਮਾ ਹੋਊਗਾ, 12 ਦਾ ਹੋ ਤੈਨੂੰ ਮੈਂ ਦੇ ਦੂੰ ਆਪੇ। ਦੇਖ ਲੈ ਬੇਬੇ ਅਸੀਂ ਤਾਂ ਉੱਥੇ ਘਰ ਹੀ ਬੈਠੇ ਰਹੇ ਵੀ ਸਾਨੂੰ ਤਾਂ ਨਰਮੇ ਦੀ ਵੱਡੀ ਗੱਲ ਹੋਈ ਪਈ ਸੀਗੀ, ਅਸੀਂ ਪਹਿਲੀ ਨਾ ਆਏ ਨਾਲੇ ਤੂੰ ਢਿੱਲੀ ਹੋ ਗਈ। ਬੇਬੇ ਮੈਨੂੰ ਐਂ ਦੱਸ, ਤੂੰ ਰੋਟੀ ਖਾ ਕੇ ਦਵਾਈ ਕਿ ਆਪਾਂ ਪਹਿਲੀ ਲੈਣ ਚੱਲ ਗਏ? ਚੱਲ ਪੁੱਤ ਕਹਿੰਦੇ ਹੁਣ ਹਰਪ੍ਰੀਤ ਕਹਿੰਦੀ ਮੈਂ ਰੋਟੀ ਪਕਾਉਣੀ, ਰੋਟੀ ਖਾ ਕੇ ਦੇਖ ਲੈਣੇ ਆਗੇ, ਫਿਰ ਉਦੋਂ ਬਾਅਦ ਚ ਲੈ ਆਵਾਂਗੇ। ਚੱਲ ਠੀਕ ਹੈ ਬੇਬੇ, ਮੈਂ ਵੀ ਆਪਦਾ ਕੰਮ ਕਰਦਾ ਤੇ ਉਹ ਫੁੱਲ ਪੌਦੇ 'ਚ ਪਾਣੀ ਪੂਣੀ ਪਾ ਦਿੰਦਾ। ਚੱਲ ਕੋਈ ਨਾ ਪੁੱਤ, ਪਾਣੀ ਰੋਜ਼ ਤਾਂ ਕੀ ਲੱਗਿਆ ਹੈ ਨਾ, ਰਹਿਣ ਦੇ, ਮੈਂ ਤਾਂ ਕਹਿੰਦੀ ਆ ਪਾਣੀ ਪਾਉਣ ਨੂੰ ਤੇ ਤੂੰ ਵੀ ਰੋਟੀ ਖਾ ਲਾ। ਲੈ ਬੇਬੇ ਜਿਵੇਂ ਆਪਾਂ ਨੂੰ ਤੇਲ ਲੱਗਦੀ ਹੈ ਨਾ, ਪੌਦਿਆਂ ਨੂੰ ਵੀ ਤੇਲ ਲੱਗਦੀ ਹੈ ਪਾਣੀ ਦੀ, ਪਾਣੀ ਤਾਂ ਮੈਂ ਪਾ ਹੀ ਦੇਣਾ ਬੇਬੇ। ਚੱਲ ਕੋਈ ਨਾ ਪੁੱਤ, ਪਾ ਦੇਗਾ ਪਹਿਲਾਂ, ਜੇ ਤਾਂ ਰੋਟੀ ਖਾ ਲਾ, ਰੋਟੀ ਬਣਾਉਂਦੀ ਆ ਹਰਪ੍ਰੀਤ ਪਹਿਲਾਂ, ਫਿਰ ਚਾਹ ਚੂ ਪੀ ਕੇ ਮਗਰੋਂ ਪਾ ਦੀ ਪਾਣੀ, ਜੇ ਆਪਾਂ ਲੋੜ ਪਈ ਤਾਂ ਮੰਡੋਂ ਆਪਾਂ ਦਵਾਈ ਲਿਆਵਾਂਗੇ। ਕੋਈ ਨੀ ਬੇਬੇ, ਕਦੋਂ ਤੂੰ ਕਹੇਂਗੇ ਉਹ ਦਵਾਈ ਆਪਾਂ ਲਿਆਵਾਂਗੇ। ਬੇਬੇ ਰੋਟੀ ਪਹਿਲਾਂ ਤੂੰ ਖਾਈ। ਨਾ ਕੋਈ ਨਾ ਪੁੱਤ, ਮੈਂ ਵੀ ਖਾ ਲਵਾਂ, ਤਾਂ ਜੇ ਤੇਰੀ ਤਾਈ ਨਾ ਆਉਂਦੀ ਪੁੱਤ, ਕਹਿੰਦੇ ਮੈਨੂੰ ਤਾਂ ਆਈ ਸੀ ਮੇਰੇ ਕੋਲ ਤਾਂ ਅੱਜ ਤੁਸੀਂ ਆਉਣਾ ਨਹੀਂ, ਵੀ ਮੈਥੋਂ ਗਲਤੀ ਹੋ ਗਈ ਜਿਹੜੀ ਮੈਂ ਕੱਲ ਕਹੀ ਤਾਂ ਸਾਨੂੰ, ਉਹ ਤਾਂ ਤੇਰੀ ਤਾਈ ਆਈ ਉਹਨੂੰ ਭੇਜਿਆ ਤੁਹਾਡੇ ਕੋਲ ਮੈਂ। ਉਹ ਬੇਬੇ ਇਹੀ ਜੀ ਤਾਂ ਕੋਈ ਗੱਲ ਨਹੀਂ ਸੀਗੀ, ਚੱਲ ਜਿਹੜਾ ਤਾਈ ਮੇਰੀ ਬਾਗ ਗਈ ਫਿਰ ਸਾਨੂੰ ਥੋੜਾ ਜਿਹਾ ਆਸਾਨ ਜਿਹਾ ਹੋ ਗਿਆ ਆਉਣਾ। ਹਾਂ ਇਹ ਤਾਂ ਹੋ ਜਾਂਦਾ ਗਾ ਪੁੱਤ, ਕਹਿੰਦੇ ਉਹ ਆਖ ਜੇ ਤਾਂ ਸੋਨੂੰ ਵੀ ਆ ਗਿਆ ਜਿਹੜਾ ਮੈਂ ਹੱਥ ਨੇ ਸੋਨੂੰ ਕਹਿਤਾ ਪੁੱਤ। ਨਹੀਂ ਤਾਈ ਬੇਬੇ, ਉਸ ਗਰੀਬਾਂ ਨੂੰ ਕਾਦੇ ਹਰਖ ਹੁੰਦੇ ਨੇ, ਹਰਖ ਤਾਂ ਅਮੀਰਾਂ ਨੂੰ ਹੁੰਦੇ ਨੇ ਹਨਾ। ਨਾ ਨਾ ਪੁੱਤ, ਹਰਖ ਕਾਦਾ ਗੱਲ ਕਰ, ਮੈਂ ਤਾਂ ਅੱਜ ਨਾ ਕਹਿੰਦੇ ਜਮਾ ਭੁੱਖੀ ਬੈਠੀ ਆ ਗਈ, ਕੱਲਾ ਪਾਣੀ ਪੀਓ ਨਹੀਂ, ਗੇੜਾ ਦਿਓ ਨਹੀਂ, ਆਪ ਆ ਕੇ ਇੱਥੇ ਤੁਹਾਨੂੰ ਦੇਖ ਲੈਣੀ ਆ ਵੀ ਹੁਣ ਵੀ ਆਏ, ਦੋਨੇ ਜਾਣੇ ਹੁਣ ਵੀ ਆਏ, ਕੋਈ ਨਹੀਂ ਆਇਆ। ਚੰਗਾ ਬੇਬੇ, ਮੈਂ ਤਾਂ ਫੁੱਲ ਪੌਦੇ 'ਚ ਪਾਣੀ ਪਾਉਣਾ। ਚੰਗਾ ਪੁੱਤ, ਸ਼ੁਕਰ ਹੈ ਆ ਗਈ, ਵਧੀਆ ਹੋ ਗਿਆ। ਕਹਿੰਦੇ ਚੱਲ ਹੁਣ ਇੱਥੇ ਬਹਿਨੀ ਆ, ਰੋਟੀ ਪਕਾਊਗੀ ਹਰਪ੍ਰੀਤ, ਖਾ ਲੂੰਗੀ, ਨਾਲੇ ਮੁੰਡਾ ਖਾ ਲੂਗਾ। ਕੁੜੇ ਹਰਪ੍ਰੀਤ, ਰੋਟੀ ਬਣ ਗਈ, ਹੁਣ ਲਿਆ ਪੁੱਤ। ਲੈ ਬੇਬੇ ਤਾਂ ਭੁੱਖੀ ਮਰ ਗਈ ਵਿਚਾਰੀ, ਬੇਬੇ ਵੀ ਉਦੋਂ ਹੈ, ਜੇ ਬੇਬੇ ਕਿਤੇ ਨਾ ਮੈਨੂੰ ਕੱਲ ਕਹਿੰਦੀ ਹੈ ਵੀ ਭਾਈ ਵਗ ਜਾਓ ਇੱਥੋਂ, ਫਿਰ ਕਾਹਨੂੰ ਅਸੀਂ ਉਹ ਕਰਦੇ। ਹੁਣ ਲੈ ਕੋਈ ਸਬਜ਼ੀ ਨੀ ਹੈਗੀ ਵਾਸਤਾ ਨੀ, ਹੁਣ ਕਦੀ ਮੈਨੂੰ ਤਾਂ ਬਾਹਲੀ ਭੁੱਖ ਲੱਗੀ ਬੇਬੇ, ਮੇਰਾ ਤਾਂ ਕਾਲਜਾ ਨਿਕਲੀ ਜਾਂਦਾ, ਮੈਨੂੰ ਛੇਤੀ ਰੋਟੀ ਲਿਆ ਦੇ, ਮੈਂ ਤਾਂ ਹਰ ਕੇ ਦਵਾ ਦਵਾ ਚਟਣੀ ਬਣਾਈਏ, ਚਟਣੀ ਨਹੀਂ ਦੇ ਆਉਣੀ, ਗਰਮ ਗਰਮ ਲਾ ਕੇ ਰੋਟੀਆਂ। ਬੇਬੇ ਦਾ ਵੀ ਸਰੀ ਪਏਗਾ ਵੀ ਜਦੋਂ ਤੈਨੂੰ ਰੋਟੀ ਦਾ ਨੀ ਕੋਈ ਬਣਾਉਣ ਵਾਲਾ ਨੀ, ਤੇਰੇ ਕੋਈ ਤੈਨੂੰ ਫੜਾਉਣ ਵਾਲਾ ਨੀ, ਕੱਲੀ ਜਾਣੀ ਹੈ ਤੂੰ, ਹੈਂ ਤੂੰ ਲਾਈ ਰੱਖ ਸਾਨੂੰ ਕੰਮ ਤੇ। ਫਿਰ ਮੈਨੂੰ ਤਾਂ ਆਪ ਗੁੱਸਾ ਜਾ ਗਿਆ, ਮੈਂ ਤਾਂ ਹਰਖ ਚ ਹੀ ਨੀ ਆਈ, ਜੇ ਤਾਈ ਨਾ ਜਾਂਦੀ ਕਹਿਣ ਮੈਂ ਜਮਾ ਨੀ ਸੀ, ਉਹ ਤਾਂ ਬਾਹਲੀ ਤਾਈ ਨੇ ਕਹਿਤਾ ਜਾ ਕੇ। ਮੈਨੂੰ ਤਾਂ ਲੱਗਦਾ ਤਾਈ ਦੋਨੇ ਪਾਸੇ ਲੱਗਦੀ ਏ, ਨਾ ਇਹ ਤਾਂ ਤਾਈ ਲਾਉਣ ਚ ਲੱਗਦੀ ਏ ਤੇ ਨਾ ਇਹ ਮੈਨੂੰ ਤਾਈ ਹਟਾਉਣ ਚ ਲੱਗਦੀ ਏ, ਤਾਈ ਤਾਂ ਹਟਾਉਣ ਵਾਲੀ ਹੀ। ਚਲ ਕੁਛ ਕਰੇ ਤਾਈ, ਮੈਂ ਭੱਜ ਕੇ ਬੇਬੇ ਨੂੰ ਰੋਟੀ ਫੜਾਇਆ, ਮੈਂ ਗਰਮ ਗਰਮ ਰੋਟੀ ਫੜਾ ਦੂੰਗੀ, ਪਹਿਲਾਂ ਇੱਕ ਰੋਟੀ ਫੜਾ ਦੇਣੀ, ਕਹਿ ਦੂੰ ਬੇਬੇ ਕਾਲ ਚ ਮੈਥੋਂ ਤਾਂ ਚਟਣੀ ਬਣੀ ਆ, ਹੁਣ ਸਬਜ਼ੀ ਤੇ ਤਾਂ ਫਿਰ ਟਾਈਮ ਲੱਗਦਾ। ਚੱਲ ਫੇਰ ਬਣਾ ਲੂੰਗੀ ਆਥਣੀ ਸਬਜ਼ੀ, ਪਾਣੀ ਦਾ ਗਲਾਸ ਵੀ ਭਰ ਲਾਂ, ਫਿਰ ਆਖੂਗੀ ਪਾਣੀ ਤਾਂ ਲਿਆਉਣੀ ਕੁੜੇ ਨਾਲ। ਹੁਣ ਲੈ ਬਾਹਲੀ ਕਾਹਲ ਕਰੀ ਜਾਂਦੀ ਹੈ ਰੋਟੀ ਦੀ, ਹੁਣ ਤਾਂ ਕਹਿੰਦੀ ਛੇਤੀ ਲਿਆ ਦੇ, ਭਾਈ ਮੈਂ ਤਾਂ ਭੁੱਖੀ ਮਰ ਗਈ ਵੀ, ਜਦੋਂ ਤੈਨੂੰ ਪਤਾ ਸੀ ਤੈਨੂੰ ਕੋਈ ਰੋਟੀ ਦੇਣ ਵਾਲਾ ਨੀ, ਤੂੰ ਸਾਨੂੰ ਉਹਦੀ ਕਹਿ ਨੀ ਭਾਈ, ਦੇਖ ਪੈ ਜਾਓ ਕੀ ਗੱਲ ਹੈ, ਉਹ ਬੈਠ ਕੇ ਮੰਗੀ ਸੀ, ਅਸੀਂ ਕਿਹੜਾ ਅੰਦਰੋਂ ਕਮਰਾ ਮੰਗਿਆ ਸੀ। ਲੈ ਬੇਬੇ ਰੋਟੀ, ਬੇਬੇ ਤੂੰ ਤਾਂ ਬਾਹਲੀ ਦੂਰ ਆ ਕੇ ਬਹਿ ਗਈ, ਉੱਥੇ ਬਹਿ ਜਾਂਦੀ ਨਾ ਬਰਾਂਡੇ ਚ। ਕੋਈ ਨਾ ਪੁੱਤ, ਮੈਂ ਇੱਥੇ ਬੈਠੀ ਆਂਗੀ ਤੇ ਰੋਟੀ ਖਾ ਕੇ, ਕਹਿੰਦੇ ਮੁੰਡੇ ਨੂੰ ਕਹਿ ਦੇ ਮੈਨੂੰ ਦਵਾਈ ਦਵਾ ਲਿਓ, ਮੈਂ ਬਾਹਲੀ ਬਿਮਾਰ ਹੋਈ ਪਈ ਹਾਂ। ਕੋਈ ਨੀ ਦਵਾਈ ਤਾਂ ਬੇਬੇ ਦਵਾ ਲਿਓਗਾ, ਤੈਨੂੰ ਲੈ ਜਾਊਗਾ। ਹਾਂ ਬੇਬੇ, ਜਦੋਂ ਬਾਹਲੇ ਗੁੱਸਾ ਕਰ ਗਿਆ ਦੀ, ਬੇਬੇ ਜਦੋਂ ਤੈਨੂੰ ਪਤਾ ਸੀਗਾ
भी मेरा रोटी का कोई आसरा नहीं, इन्हें नहीं मैनू रोटी देनी है। गुस्सा तो आ गया जो तू सू हथ ने कमरे चो कता, उस गल का गुस्सा आ गया। जे सच पुछे बेबे जे ताई ना जाती असी नहीं सी आते। फिर छावे पुत जारी तेरी ताई आ गई, तुसी मेरे को आना सी। मैं तो पानी पी पी के कहने दर्द होने लग गया, कहने कल जो पानी लड़ गया आ हूं मैं रोटियां बाहर वधिया लगदियां हूं, कहने खाऊंगी रोटी तो फिर मैं दवाई दवा लियो पुत बन के। कोई नहीं दवा मैं कहता कहता पुत, कहने हूं तुसी बेबे बन के मेरे मामा वर्गी है सराफ मैनू लग गया जो मैं बीमार हो गई। ना ना दिने दिने क्यों बेबे, असी तो हम रात नू भी रहेंगे जे तू सानू कहेगी ना घरे बग जाओ, असी तो काम ही नहीं जाते, असी तो इत्थे रह लांगे आ कमरे च, पर सानू जान नू ना कहीं। चंगा पुत हूं नहीं मैं कहदी इत्थे रह लियो। बेबे की करिए साडे तो इन्हें तीन पंडा सी नरमे साडे तो भी चोरी हो गई, वह भी चोरी चोरी हो गई। कौन ले गए पुत्त की पता हूं, कल असं इतने लेट हो गए तेरे को। हाँ। जो तो साडे जांदियां कोई रात नूं चक के ले गया, तो बलाई रोया तड़के उठ के। ओहो हाँ चल कोई ना पुत, जिन्हों रैलियां से लै गया कोई ना, कहने उ दो पंडा तीन ने जड़ा थोड़ी, मैं पैसे दे दू थोनू, कहने सोचना करो। मैं तो कोई नी बेबे तेरे मुंडे तो सानू कादा फिक्र है, तू रोटी खा बेबे मैं गर्म गर्म होर ला के लिया। कोई ना पुत कोई ना, की करे कहने जवाकड़ी, मैं उधरों घरों आई जे उन्हू भेजा गुरजीत नू, आ ता गई रोटी पका के देती जे इन खा भी ढिड ता भर दू, ताइयो कहिंदे आ कि सियाणे आ कुछ मर्जी खाई जा शहरां चो लिया लिया के मुल दा, पर जिहड़ी आह कहिंदे रोटी है ये नहीं ने आज किसे काम आउंदा, ये तो खानी पैंदी है रोटी, इहदे बिना ढिड नहीं भरदा। ये रोटी ते मारी फिरदे आ सारे संसार च तुरे, कहिंदे मुल दी चीजां नूं फिर ढिड भरदा है, अनाज बिना अनाज दे मारी फिरदे आ चार सपेरे। ओहो अखां खुल्ले ने दो बुरकियां खा के। ले भांडिया दा भी बेबे दा ढेर लाई बैठी है, पानी पी पी के कोई माड़ा मोटा दुध वा तत्ता कर लिया। मैनूं तां सी रात मैं दुध भी नहीं तत्ता करिया सी, मामा फिर करके दिउ रोटी खा के उह तों बाद करिया होगा डोंगे च दुध तत्ता, तड़के पता नहीं चाह करी है कि ना, मैं तो चाह भी नहीं पूछा बेबे नू, हूं तो रोटी बिना बुरा हाल सीगा। चल हूं तो दो रोटियां खा के घेरा पई है, भांडे धो ला मैं फिर पूछ के आऊंगी बेबे, चाह पीनी है तो मैं कुट के चाह कर लैनी है। ले पौधों च पानी तो पाता, बेबे ने रोटी भी खा ली हूं तो पुछिए बेबे नू दवाई दवा लीए। बेबे जी हाँ पुत, बे पुत मंजे ते थले ना बैठो कर। ओ बेबे हाँ कोई गल नहीं थली ठीक है मैं तो। ना कोई ना पुत थले नु क्यों ना मंजे ते बैठ जा कर। नहीं बेबे बरोबर जे बैठना बंदा ठीक नहीं लगदा, सोना नहीं लगदा। तेरी मर्जी है पुत फिर। ते बेबे चल आपा फिर दवाई तेनु दवा ले आवां। दवाई ते पुत मैं ले ली सी। दवाई ले ली सी बेबे? ले ली पुत दवाई मैं। बेबे तू दवाई कदों ले ली? दवाई ते पुत जदों तुसीं आए होंगे मैनु रोटी पका के देती, यही मेरी दवाई है। अच्छा रोटी दवाई है? रोटी दवाई है पुत, रोटी तो बिना कहने ढिड भुखा सी, पानी काल जे लड़दा सी रोटी खा ली मेरी दवाई मिल गई। हां बेबे गल ते तेरी ठीक है। हां तू फिर भुखी सी पानी पी गई? पानी पी गई पुत, मैं ते जग भर के उत्ते कलोई ते धर ले सी ओही पी गई आ। हां चल बेबे मैं ते हना फुल्लां च पौधां च पानी पाता सीगा वी, चल दवाई लियाउणी है बेबे ने, चल दवाई ले आऊंगी। ना ना पुत दवाई नहीं मैं लेंदी। कोई गल नहीं तू रोटी खा ली। बेबे मैं रोटी कितों खा ली, मैंने तो ऐसी चल पहला दवाई दवा लिया बेबे, मेरी रोटी का की है, मैं तो कदों मर्जी खा ला। ना ना पुत फिर मेरा हूं कुछ दुखदा नहीं, मैं ठीक हाँ, यही दवाई है मेरे टाइम से राजा करो पुत, रोटी खा लेनी है यही मेरी दवाई है, मैं ठीक हो जानी है। आई मैं बाहरी सोचना करा करो भी खाने दवाई दवाई पू, दवाई तो बिना ठीक नहीं होनी। बेबे तू ना सानू माफ कर दी, साथ गलती हो गई, देख ला तू साडे कारण असी आए नहीं, तू भुखी सी देख ला पानी पी गई, तू तो बीमार हो गई सी। कोई ना पुत थोड़ी नहीं कहने गलती, गलती तो मेरी सी जेड़ा ने, मैं थोनू आखण वेले कहा भी आपदे घरे बग जाओ, थोड़ी गलती नहीं सी पुत। कहने मैं आए कहनी भी चल रब दा शुक्र है जेड़ा तुसी आ गए, मेरी आके कहने दुबारे फरियाद सुन ली, रब ने मैनू रोटी देती ते मेरा ढिड भर गया, मेरा दुखणो हट गया ढिड। बेबे तू आए कहनी असी जिवें तेरे ते कुछ सान कीता हुंदा, उह तू सानू तनखाह देनी है पैसे देनी, असी तेरा फेर ही सांभ संभाल करदे आ, असी कहड़ा एवें करदे बेबे तेरी। एवें तो नहीं करदे पुत, अजकल पुत धी भी पैसे लेके सांभ संभाल नहीं करता, जे मेरे पुत धीआं नूं गांह हुंदी पैसे आ वी बुढ़ी कोल वी सांभ संभाल करिए ओही कर देंदे, तू पैसे लेके मेरी कदर तां करदा पुत। चलो तां बेबे तेरी गल ठीक है, साडा तां हक ही बणदा, ते बेबे फिर तेरा पुत कदे गेड़ा नहीं मारदा तेरे कोल?
ना पुत कौन आगा आपो आपके कहने प्रॉपर्टियां ने मालक होए बैठे है जमीना जले उथी खरीदी बैठे है बथेरिया भुखा ते कट कट पढ़ाए सीगे लाए सी नौकरिया ते जदों कहिंदे मेरे ते कहिंदे गरीबी सी उदों सुन आए भी हुणी अमीर ही है बुढ़ी उदों दी अमीर तेन भी बना दे अच्छा बथेरा अमीर हो जाएंगे पुत सबर रख सबर का फल मिठा हुंदा है चलो ठीक है बेबे तेरी कृपा चाहिए हां हां महाराज की चाहिए पुत महाराज की जो नीत सिद्धि होगी ना सब तू देखी सही तेरे कहने जे तू कहना ना मेरा कोठड़ी है कच्ची ओ कहने कच्ची कोठड़ी तो महल बन जाएंगे वड्डे शुक्र है रब दा बकरी सो चैनल दी टीम वालों सारयां नूं प्यार भरी सत श्री अकाल जो हुणे हुणे तुसी साडी वीडियो देखी है तुहानूं किद्दां दी लगी सानूं कमेंट करके जरूर दसना इहदा अगला एपीसोड जरूर देखना साडे चैनल नूं सबसक्राइब करो कमेंट करो वीडियो नूं वध तों वध शेयर करो सारयां नूं बहुत बहुत धन्यवाद बखरी सो चैनल से जिन्हां वीरां ते भैणां ने सानू सोहणे सोहणे कमेंट कीते असीं नाम बोलण जा रहे हां लवप्रीत इंजीनियर वर्क्स कोटकपुरा रविंदर कौर हमजापुर रेखा शर्मा ध्रुविका शर्मा गुरदीप सिंह द्यों नाम सो दीपा तरनवीर सिंह मोगा रविंदर कौर जसवीर कौर जगराऊं अश्वनी मेहरा बलवीर सिंह मोहाली दर्शन सिंह नवी मंडी कड़साणा राजस्थान अमर सिंह पटियाला निर्मला राणी बजाज कोठा गुरु बठिंडा मनोहर लाल बजाज कोठा गुरु बठिंडा मनजीत कौर परमजीत कौर मोगा बलविंदर सिंह चाना वीरपाल कौर चाना रामगढ़िया रतिया हरियाणा स्वर्ण कौर चमकौर सिंह खराड़ पिंड चलैला जिला पटियाला अमृतपाल कौर डॉक्टर रणजीत सिंह खंगूड़ा लताला लुधियाना कैलगरी कैनेडा कमलदीप बठिंडा नरसी राम बठिंडा करमजीत कौर आयशा भुलर अमायशा भुलर जुगराज भुलर जसवीर सिंह पीपी जशपाल सिंह दर्शन सिंह चुनेर जिन्ना वीरां ते भैणां ने सानू सोहणे सोहणे कमेंट कीते है कमेंट करन लई बहुत बहुत धन्नवाद जिन्ना वीरां ते भैणां दे नाम बोलना मनियो रह गए असीं दूसरी वीडियो दे विच जरूर बोलांगे सानू कमेंट करन लई सानू सुझाव देण लई साडी सपोर्ट करन लई सारयां दा बहुत बहुत धन्नवाद।